जस टीवी देख रहे हो तुसी, मैं केपी सिंह टू द पॉइंट तुहाडा सब दा स्वागत करदा। किसान अंदोलन दा परछावा नगर कौंसल, नगर पंचायतां, नगर निगमां दे चोण नतीजां ते किन्ना पिया, इह वड्डा सवाल अपने आप विच खड़ा हो रहा। पर इन्हां चोणां नतीजां विच कांग्रेस ने बाजी मारी है, ते हमेशा तो यह कहा जांदा है कि जिहड़ी सत्ता ते हुंदी है उह बाजी मारती है। अकाली दल दूजे नंबर ते स्टैंड कर रहा है, आम आदमी पार्टी प्रमुख पार्टियां विच उह तीजे नंबर ते आपदे आप नूं कहिंदी है, पर आजाद उम्मीदवार ते होर जिहड़े उम्मीदवार हैगे आ उह कित्थे स्टैंड करदे आ, अपने आप विच वड्डा सवाल हैगा। पर जिस तरीके नाल कांग्रेस के प्रधान सूबा प्रधान सुनील जाखड़ा ने कहा कि लॉन्चिंग पैड आ 2022 का सारा जिहड़ा ट्रेलर हैगा, सैमीफाइनल इहनूं सत्ता का कहा जांदा, पर इसनूं सत्ता का सैमीफाइनल कहा जाना चाहिए कि यह लॉन्चिंग पैड है, कि ये नतीजे 2022 का ट्रेलर ने। बहुत सारे सवाल तुहाडे जहन दे विच आ, उन्हां सवालों के जवाब लभण की कोशिश करांगे, क्योंकि विरोधी कह रहे हैं गुंडा राज है, तो लोकतंत्र दे दा मजाक उड़ाया गया इन्हां चोणां दे विच। विरोधी यह कह रहे हैं, जबकि कांग्रेस कह रही है साडे विकास की जित है। बहुत सारे सवाल है, उन्हां सवालों के जवाब लैण की कोशिश करांगे। वड्डा सवाल इक्को पुछांगे कि यह नतीजे 2022 का ट्रेलर ने। ਸਿਆਸੀ ਤੇ ਨਾ ਕਹਿ ਕੀ ਰਹੀਆਂ ਪਹਿਲਾਂ ਸੁਣ ਲਈ। ਔਰ ਦੂਜੇ ਪਾਸੇ ਪੰਜਾਬ ਵਿੱਚ ਸਭ ਨੂੰ ਪਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਗੁੰਡਾਗਰਦੀ ਕੀਤੀ ਹੈ ਪੰਜਾਬ ਵਿੱਚ, ਕਿਸ ਤਰ੍ਹਾਂ ਚਾਹੇ ਉਹ ਜੀਰੇ ਦੀ ਘਟਨਾ ਗਈ, ਚਾਹੇ ਉਹ ਪੱਟੀ ਦੀ ਘਟਨਾ ਗਈ, ਚਾਹੇ ਮੋਗੇ ਦੀ ਘਟਨਾ ਗਈ, ਚਾਹੇ ਜਲਾਲਾਬਾਦ ਦੀ ਘਟਨਾ ਗਈ, ਕਿਸ ਤਰ੍ਹਾਂ ਮਾੜੀਆਂ ਘਟਨਾਵਾਂ ਪੰਜਾਬ 'ਚ ਵਾਪਰੀਆਂ, ਕਿਸ ਤਰ੍ਹਾਂ ਸਾਡੇ ਦੋ ਨੌਜਵਾਨ ਜਿਹੜੇ ਆਪਣੀ ਜਾਨ ਤੋਂ ਹੱਥ ਹੋ ਬੈਠੇ, ਇਸ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਭਰਪੂਰ ਸਮਰਥਨ ਕੀਤਾ। ਸੋ ਕਾਂਗਰਸ ਪਾਰਟੀ ਨੇ ਇਹ ਜਿਹੜੀ ਇਲੈਕਸ਼ਨ ਆ ਗਈ ਉਹ ਗੁੰਡਾਗਰਦੀ ਦੇ ਆਧਾਰ 'ਤੇ, ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆ ਗਈ ਉਹ ਹਿੰਸਾ ਦੇ ਆਧਾਰ 'ਤੇ, ਡਰਾ ਧਮਕਾ ਕੇ, ਸ਼ਰਾਬ ਵੰਡ ਕੇ, ਪੈਸਾ ਵੰਡ ਕੇ ਜਿੱਤੀ ਹੈਗੀ। ਸੋ ਕਾਂਗਰਸ ਪਾਰਟੀ ਦੀ ਜਿੱਤੀ ਹੈਗੀ, ਇੱਥੇ ਗੁੰਡਾਗਰਦੀ ਪੰਜਾਬ ਜਿੱਤੀ ਹੈਗੀ। ਬਟ ਐਟ ਦਾ ਸੇਮ ਟਾਈਮ ਜਿੱਥੇ ਕੱਲ੍ਹ ਤਾਂ ਇਹ ਦੂਜੀ ਪਾਰਟੀਆਂ ਕਹਿ ਰਹੀਆਂ ਸੀਗੀਆਂ ਦੀਜ਼ ਆਰ ਗੋਇੰਗ ਟੂ ਬੀ ਦਾ ਸੈਮੀ ਫਾਈਨਲਸ ਫਾਰ ਦਾ ਇਲੈਕਸ਼ਨਸ ਇਨ 2022, 2022 ਦਾ ਜਿਹੜਾ ਮੇਨ ਅਖਾੜਾ ਲੱਗਣਾ ਉਹਦਾ ਸੈਮੀ ਫਾਈਨਲ ਜਿਹੜੇ ਆ ਲੋਕ ਕਹਿੰਦੇ ਸੀਗੇ, ਅੱਜ ਉਹਨਾਂ ਸਾਰਿਆਂ ਦੀ ਟੋਨ ਬਦਲ ਜੂਗੀ। ਬਟ ਦਾ ਫੈਕਟ ਐਂਡ ਦਾ ਰਿਐਲਿਟੀ ਰਿਮੇਨਸ ਵੀ ਇਹਦੇ ਨਾਲ ਦਿਸ ਇਜ਼ ਅ ਲਾਂਚਿੰਗ ਪੈਡ, ਇਹਦੇ ਨਾਲ ਇੱਕ ਜਿਹੜਾ ਅਗਲਾ, ਇਹਦੇ ਨਾਲ ਅਸੀਂ ਘਰੇ ਨਹੀਂ ਬਹਿ ਜਾਣਾ ਵੀ ਸਾਰਾ ਕੁਝ ਕਾਂਗਰਸ ਦੇ ਨਾਲ ਹੈ, ਹੁਣ ਕੰਮ ਕਰ ਮੇਰਾ ਮੰਨਣਾ ਹੈ ਵੀ ਆ ਬਹੁਤ ਵੱਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੇ ਮੋਢਿਆਂ ਤੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ ਦੇ ਉੱਤੇ ਲੋਕਾਂ ਨੇ ਪਾਈ ਹੈ। ਮਗਰ ਮੋਟੀ ਜੀ ਗੱਲ ਅੱਜ ਮੈਂ ਜਾਖੜ ਸਾਹਿਬ ਨੂੰ ਪੁੱਛਦਾ, ਅੱਜ ਦੋ ਜਿੱਤਾਂ ਦਾ ਉਹਨਾਂ ਨੇ ਬਾਰ ਬਾਰ ਜ਼ਿਕਰ ਕੀਤਾ, ਇੱਕ ਅਬੋਹਰ ਦਾ ਤੇ ਇੱਕ ਗੁਰਦਾਸਪੁਰ ਦਾ। ਭਾਵੇਂ ਗੁਰਦਾਸਪੁਰ ਤੋਂ ਉਹਨਾਂ ਨੂੰ ਲੋਕਾਂ ਨੇ ਵੇਲਾ ਕਰਤਾ ਸੀ, ਮਗਰ ਚਲੋ ਅੱਜ ਅਬੋਹਰ ਜਿੱਤੇ ਆ। ਕੀ ਜਾਖੜ ਸਾਹਿਬ ਕਹਿਣਗੇ, ਸਿਮਤ 'ਚ ਕਹਿ ਦੇਣਗੇ ਕਿ ਅਗਲੀ ਇਲੈਕਸ਼ਨ ਉਹ ਵਿਧਾਨ ਸਭਾ ਦੀ ਉੱਥੋਂ ਲੜਨਗੇ, ਕਿਉਂਕਿ ਅਬੋਹਰ ਵਾਲਿਆਂ ਨੇ ਉਹਨਾਂ ਨੂੰ ਉੱਥੋਂ ਵਿਹਲੇ ਕੀਤਾ ਹੋਇਆ। ਔਰ ਜੇ ਧੱਕੇ ਦੇ ਜ਼ੋਰ ਨਾਲ ਕਾਂਗਰਸ ਇਲੈਕਸ਼ਨ ਜਿੱਤੀ ਹੈ, ਜੋ ਮਰਡਰ ਆਫ ਡੈਮੋਕ੍ਰੇਸੀ ਹੋਇਆ ਇਹ ਕਿਸੇ ਨੂੰ ਭੁੱਲਿਆ ਨਹੀਂ। ਦੋ ਤਿੰਨ ਵਰਕਰਾਂ ਦੀ, ਅਕਾਲੀ ਵਰਕਰਾਂ ਦੀ ਇਹਦੇ 'ਚ ਜਾਨ ਚਲੀ ਗਈ, ਦੇਖੋ ਡੈਥ ਹੋ ਜਾਣੀ। ਔਰ ਵੱਡਾ ਸਵਾਲ ਜਿਹੜਾ ਇਸ ਡਿਬੇਟ ਦੇ ਵਿੱਚ ਅਸੀਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਤੀਜਿਆਂ 'ਚੋਂ 2022 ਲਈ ਕਿਹੜਾ ਸਿਆਸੀ ਰੋਡ ਮੈਪ ਹੈ। ਇਸ ਸਵਾਲ 'ਤੇ ਬਹਿਸ ਹੋਵੇਗੀ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬੁਲਾ ਰਿਹਾ, ਅਰਸ਼ਜੀਤ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਬੁਲਾ ਰਿਹਾ, ਅਤੇ ਵਸੀਮ ਰਾਜਾ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਿਹਾ। ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਜੀ। ਤੁਹਾਨੂੰ ਗ੍ਰਾਫਿਕਲੀ ਸਾਰੀ ਇਨਪੁੱਟ ਆ ਜਿਹੜੀ ਉਹ ਬਹੁਤ ਤਫਸੀਲ ਦੇ ਨਾਲ ਤੁਸੀਂ ਆਪਣੀ ਟੀ ਵੀ ਸਕਰੀਨ 'ਤੇ ਦੇਖ ਸਕਦੇ ਹੋ। ਮੈਂ ਸਾਰੇ ਦਰਸ਼ਕਾਂ ਨੂੰ ਤਾਕੀਦ ਕਰਦਾ, ਕੱਲੀ ਕੱਲੀ ਅਪਡੇਟ ਹੈ ਇਸ ਤੁਹਾਡੀ ਟੀ ਵੀ ਸਕਰੀਨ 'ਤੇ ਹੋਵੇਗੀ। ਪਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਦੀ ਹਾਰ ਹੋਈ ਹੈ, ਮੋਗਾ ਤੋਂ ਵਿਧਾਇਕ ਹਰਜੋਤ ਕਮਲ ਦੀ ਪਤਨੀ ਦੀ ਹਾਰ ਹੋਈ ਹੈ। ਇਹ ਇੰਟਰਸਟਿੰਗ ਪੁਆਇੰਟ ਜਿਹੜੇ ਸਾਹਮਣੇ ਆਏ ਆ, ਜੋਗਾ ਦੇ ਵਿੱਚ ਇੰਟਰਸਟਿੰਗ ਰਿਜ਼ਲਟ ਆਏ ਆ, ਮਾਨਸਾ ਦੇ ਵਿੱਚ, ਅਨੰਦਪੁਰ ਸਾਹਿਬ ਦੇ ਵਿੱਚ ਇੰਟਰਸਟਿੰਗ ਰਿਜ਼ਲਟ ਹੈ, ਇਸ ਤੋਂ ਇਲਾਵਾ ਨਿਗਮਾਂ ਦੇ ਵਿੱਚ ਜੋ ਕੁਛ ਹੋਇਆ ਉਹ ਵੀ ਇੰਟਰਸਟਿੰਗ ਰਿਜ਼ਲਟ ਹੈਗੇ ਆ, ਉਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ। ਸਭ ਤੋਂ ਪਹਿਲਾਂ ਸਵਾਲ ਹਰਦੀਪ ਸਿੰਘ ਕਿੰਗਰਾ ਤੁਹਾਨੂੰ ਕਰਨਾ ਚਾਹੂੰਗਾ। ਹਰਦੀਪ ਸਿੰਘ ਕਿੰਗਰਾ, ਤੁਹਾਨੂੰ ਮੁਬਾਰਕ ਦੇ ਦਈਏ ਜਾਂ ਜਿਵੇਂ ਵਿਰੋਧੀਆਂ ਨੇ ਕਿਹਾ ਗੁੰਡਾਗਰਦੀ ਦੀ ਜਿੱਤ ਹੋਈ ਹੈ, ਕਿੰਗਰਾ ਸਾਹਿਬ ਕੀ ਕਬੂਲ ਕਰਦੇ ਹੋ? ਕੇਪੀ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਸਾਰੀ ਜਨਤਾ ਦਾ, ਜਿਨ੍ਹਾਂ ਨੇ 2017 ਦੇ ਵਿੱਚ ਵੀ ਤੇ ਹੁਣ ਜਿਹੜੀਆਂ ਨਗਰ ਨਿਗਮਾਂ ਦੀਆਂ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ, ਉਹਦੇ ਵਾਸਤੇ ਮੈਂ ਧੰਨਵਾਦ ਕਰਦਾ, ਸ਼ੁਕਰੀਆ ਕਰਦਾ ਕਿ ਉਹਨਾਂ ਨੇ ਸੂਝਬੂਝ ਤੋਂ ਕੰਮ ਲੈ ਕੇ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਉਹ ਜਿਤਾਇਆ ਦੋਨਾਂ ਚੋਣਾਂ ਦੇ ਵਿੱਚ। ਦੂਜਾ, ਮੈਂ ਸਰਾਹਨਾ ਕਰਦਾ
ਪੰਜਾਬ ਕਾਂਗਰਸ ਦੇ ਹਰ ਵਰਕਰ ਦੀ, ਹਰ MLA ਦੀ, ਹਰ ਮੰਤਰੀ ਦੀ ਤੇ ਖਾਸ ਕਰਕੇ ਮੁੱਖ ਮੰਤਰੀ ਜਿਹੜੇ ਟੀਮ ਦੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਜਿਹੜਾ ਇਹ ਚੋਣਾਂ ਜਿੱਤੀਆਂ ਨੇ ਤੇ ਪਹਿਲੀਆਂ ਚੋਣਾਂ ਵੀ ਜਿਹੜੀਆਂ ਇਹ ਜਿੱਤੀਆਂ ਸੀ। KP ਇਹ ਕਹਿ ਦੇਣਾ ਕਿ ਇਹ ਗੁੰਡਾਗਰਦੀ ਦਾ ਰਾਜ ਹੈ, ਇਹ ਪੰਜਾਬ ਦੀ ਜਨਤਾ ਦੀ ਬਹੁਤ ਵੱਡੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਕਹਿਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ, ਉਹ 10 ਸਾਲ ਸੱਤਾ 'ਚ ਰਹੇ ਨੇ, ਉਦੋਂ ਵੀ ਜਿੱਤੇ ਨੇ, ਵੀ ਉਹ ਗੁੰਡਾ ਰਾਜ ਕਰਕੇ ਜਿੱਤੇ ਸੀ ਜਾਂ ਪੰਜਾਬ ਦੇ ਲੋਕਾਂ ਨੇ ਜਿਤਾਏ ਸੀ। ਮੋਦੀ ਜੀ ਕੇਂਦਰ ਦੇ ਵਿੱਚ 2019 ਦੇ ਵਿੱਚ ਸਰਕਾਰ ਉਹਨਾਂ ਨੇ ਬਣਾਈ ਹੈ, 303 ਸੀਟਾਂ ਲੈ ਕੇ BJP ਨੇ, ਕੀ ਉਹ ਗੁੰਡਾਗਰਦੀ ਦੇ ਸਿਰ ਤੇ ਜਿੱਤੇ ਆ ਜਾਂ ਆਪਦੀ ਮੈਂਡੇਟ ਲੋਕਾਂ ਨੇ ਉਹਨਾਂ ਨੂੰ ਦਿੱਤਾ? ਹੁਣੇ ਹੁਣੇ ਰਾਜਸਥਾਨ ਦੇ ਵਿੱਚ ਲੋਕਲ ਸੈਲਫ ਗੌਰਮੈਂਟ ਪੰਚਾਇਤੀ ਰਾਜ ਦੀਆਂ ਚੋਣਾਂ ਹੋਈਆਂ ਨੇ, ਉੱਥੇ ਕਾਂਗਰਸ ਦੀ ਸਰਕਾਰ ਹੈ ਤੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ, ਕਿ ਉਹ ਗੁੰਡਾਗਰਦੀ ਨਾਲ ਜਿੱਤ ਹੋਈ ਹੈ ਜਾਂ ਰਾਜਸਥਾਨ ਦੇ ਲੋਕਾਂ ਨੇ ਮੈਂਡੇਟ ਦਿੱਤਾ? ਇਹ ਜਵਾਬ ਮੇਰੇ ਉਹ ਵੀਰ ਦੇਣ ਜਿਹੜਾ ਇਹ ਕਹਿ ਰਹੇ ਨੇ ਕਿ ਗੁੰਡਾਗਰਦੀ ਨਾਲ ਜਿੱਤੀਆਂ ਨੇ। ਹਰਦੀਪ ਸਿੰਘ ਇੰਗਰਾ, ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, EVM 'ਚ ਕੋਈ ਨੁਕਸ ਤਾਂ ਨਹੀਂ ਹੈਗਾ ਹਰਦੀਪ ਸਿੰਘ ਇੰਗਰਾ? ਹਾਂਜੀ, EVM 'ਚ ਕੋਈ ਨੁਕਸ ਤਾਂ ਨਹੀਂ ਹੈਗਾ? ਦੇਖੋ ਮੈਂ ਤੁਹਾਨੂੰ ਦੱਸਦਾ, ਭਾਰਤ ਦੀ EVM ਦੇ ਵਿੱਚ ਕੋਈ ਨੁਕਸ ਨਹੀਂ ਪੈ ਸਕਦਾ, ਉਹ ਬਿਲਕੁਲ ਪਰਫੈਕਟ ਨੇ। ਉਹਦੇ 'ਚ ਦੋ ਗੱਲਾਂ ਦਾ ਧਿਆਨ ਇਲੈਕਸ਼ਨ ਕਮਿਸ਼ਨ ਨੂੰ ਰੱਖਣਾ ਪਏਗਾ, ਜਿਹੜਾ ਮੈਂ ਕਈ ਵਾਰੀ ਆਖਿਆ। ਨਹੀਂ ਨਹੀਂ ਸਰ, ਮੇਰਾ ਸਵਾਲ ਹੋਰ ਸੀ ਸਰ। ਨਾ ਨਾ, ਇੱਦਾਂ ਨਾ ਸਰ, ਇਲੈਕਸ਼ਨ ਕਮਿਸ਼ਨ ਧਿਆਨ ਕੀ ਰੱਖ ਰਿਹਾ ਮੈਨੂੰ ਉਸਦਾ ਨਹੀਂ ਪਤਾ, EVM 'ਚ ਨੁਕਸ ਹੈ ਜਾਂ ਨਹੀਂ। ਦੇਖੋ EVM ਦਾ ਧਿਆਨ ਰੱਖਣਾ ਪਏਗਾ, EVM ਜਿਹੜੀਆਂ ਨੇ ਉਹ ਸਟੇਟ ਦੇ ਕੰਟਰੋਲ 'ਚ ਰਹਿੰਦੀਆਂ ਨੇ, ਜਦੋਂ ਇਲੈਕਸ਼ਨ ਤੋਂ ਇੱਕ ਮਹੀਨਾ ਪਹਿਲਾਂ ਉਹ ਜਾਂਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ। ਇਹ ਨਾ ਹੋਵੇ 50% EVM ਜਾਲੀ ਹੋਣ ਦੇਸ਼ ਦੇ ਵਿੱਚ। ਦੂਜੀ ਗੱਲ, EVM ਦਾ ਜਿਹੜਾ ਬਟਨ ਹੈ ਉਹ 5 ਸਾਲ ਪਹਿਲਾਂ ਡਿਸਾਈਡ ਹੋ ਜਾਂਦਾ ਕਿਹੜਾ ਬਟਨ ਕਿਹਨੂੰ ਮਿਲੂਗਾ। ਇਲੈਕਸ਼ਨ ਕਮਿਸ਼ਨ ਨੂੰ ਇਹ ਚਾਹੀਦਾ ਕਿ ਇਹ ਬਟਨ ਜਿਹੜਾ 15-20 ਦਿਨ ਜਾਂ ਸਰ 2022 ਵਿੱਚ EVM 'ਚ ਨੁਕਸ ਤਾਂ ਨਹੀਂ ਪੈ ਜਾਊਗਾ? ਮੇਰਾ ਸਵਾਲ ਇਹ ਹੈ ਸਰ ਕਿੰਗਰਾ ਸਾਹਿਬ। ਦੇਖੋ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਇਹ ਸਥਾਨਕ ਚੋਣਾਂ ਦੇ ਵਿੱਚ EVM 'ਚ ਕੋਈ ਨੁਕਸ ਨਹੀਂ ਪੈ ਸਕਦਾ, ਕਿਉਂਕਿ ਇੱਥੇ ਸਰ 2022 ਵਿੱਚ ਨੁਕਸ ਤਾਂ ਨਹੀਂ ਪੈ ਜਾਊਗਾ ਕਿੰਗਰਾ ਸਾਹਿਬ? 2022 ਵਿੱਚ ਨੁਕਸ ਤਾਂ ਨਹੀਂ ਪੈ ਜਾਊਗਾ? ਹਾਂਜੀ, 2022 ਵਿੱਚ ਨੁਕਸ ਤਾਂ ਨਹੀਂ ਪੈ ਜਾਊਗਾ EVM 'ਚ? ਦੇਖੋ 2022 ਦੇ ਵਿੱਚ ਨੁਕਸ ਮੈਂ ਤੁਹਾਨੂੰ ਦੱਸਿਆ ਵੀ EVM ਜਿਹੜੀ ਆ ਉਹ ਭਾਰਤ ਦੀ ਕੋਈ ਨੁਕਸ ਵਾਲੀ ਨਹੀਂ ਹੈ, ਸਿਰਫ ਉਹਦੇ ਵਿੱਚ ਦੋ ਗੱਲਾਂ ਜੇ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਇਹਦਾ ਖਿਆਲ ਰੱਖਦਾ? ਚਲੋ ਠੀਕ ਹੈ ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਬੜਾ ਡਿਪਲੋਮੈਟਿਕ ਜਵਾਬ ਦੇ ਰਹੇ ਹੋ ਸਰ ਤੁਸੀਂ, ਤੁਸੀਂ ਸਰ ਸੈਟੀਸਫੈਕਟਰੀ ਆਨਸਰ ਨਹੀਂ ਦੇ ਰਹੇ। ਅਰਜੀਤ ਸਿੰਘ ਕਲੇਅਰ, ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ, ਇੱਕ ਮਿੰਟ ਕਿੰਗਰਾ ਸਾਹਿਬ ਮੈਂ ਵਾਪਸ ਆਊਂਗਾ ਹੁਣ ਤੁਹਾਡੇ ਕੋਲ ਸਰ। ਕਲੇਅਰ ਸਾਹਿਬ, ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ, ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਤੁਹਾਡੇ ਲਈ ਇਹ ਬਹੁਤ ਵੱਡਾ ਇਮਤਿਹਾਨ ਸੀਗਾ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਲੇਅਰ ਸਾਹਿਬ? ਨਹੀਂ KP ਜੀ, ਮੈਂ ਤਾਂ ਦੇਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਇਹੋ ਜਿਹੀ ਪਾਰਟੀ ਸੀ ਜਿਹਨੇ ਮੌਜੂਦਾ ਸਰਕਾਰ ਦੇ ਜ਼ੁਲਮ ਦਾ ਟਾਕਰਾ ਲਿਆ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ, ਜਿਸ ਤਰੀਕੇ ਨਾਲ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ, ਪੁਲਿਸ ਪ੍ਰਸ਼ਾਸਨ, ਸਿਵਲ ਐਡਮਿਨਿਸਟ੍ਰੇਸ਼ਨ, ਈਵਨ ਸਟੇਟ ਇਲੈਕਸ਼ਨ ਕਮਿਸ਼ਨ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਈ, ਅੱਜ ਜਿੱਥੇ ਵੀ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਹੀ ਮੇਨ ਵਿਰੋਧੀ ਦੇ ਤੌਰ ਤੇ ਉੱਭਰਿਆ ਔਰ ਟੱਕਰ ਦਿੱਤੀ। ਔਰ ਤੁਸੀਂ ਵੋਟ ਪਰਸੈਂਟੇਜ ਵੀ ਦੇਖੋਗੇ ਤਾਂ ਨੈਕ ਟੂ ਨੈਕ ਫਾਈਟ ਦੇ ਵਿੱਚ ਰਿਹਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਐਡੇ ਧੱਕੇ ਦੇ ਬਾਵਜੂਦ। ਜਾਲੀ ਵੋਟਾਂ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ, ਵਿਰੋਧੀਆਂ ਦੀਆਂ ਵੋਟਾਂ ਕੱਟਣ 'ਚ ਕੋਈ ਕਸਰ ਨਹੀਂ ਛੱਡੀ, ਇੱਕ ਵਾਰਡ ਤੋਂ ਚੱਕ ਕੇ ਦੂਜੇ ਵਾਰਡ ਦੇ ਵਿੱਚ ਵੋਟਾਂ ਮੰਨ ਲੈਂਦਾ ਸਿੰਬਲ ਅਲੋਟ ਹੋਣ ਤੋਂ ਬਾਅਦ ਤੱਕ ਵੀ ਜਾਈਆਂ ਰਹੀਆਂ ਔਰ ਸਾਰੇ ਮੈਟਰ ਹਾਈਕੋਰਟ ਪੈਂਡਿੰਗ ਨੇ। ਸੋ ਇਸ ਦੇ ਵਿੱਚ ਔਰ ਖਾਸ ਤੌਰ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਰੂਰਲ ਬੇਸਡ ਪਾਰਟੀ ਹੈ, ਅੱਜ ਸ਼ਹਿਰੀ ਇਲੈਕਸ਼ਨ ਦੇ ਵਿੱਚ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਵੋਟ ਬੈਂਕ ਮਿਲ ਰਿਹਾ ਔਰ ਭਾਜਪਾ ਤੋਂ ਬਿਨਾਂ ਮਿਲ ਰਿਹਾ, ਇਹ ਮੈਨੂੰ ਲੱਗਦਾ ਕਾਂਗਰਸ ਲਈ ਇਹ ਵੀ ਸ਼ਿਕਨ ਦੀਆਂ ਲਕੀਰਾਂ ਖਿੱਚ ਚੁੱਕੇ ਨੇ, ਕਿਉਂਕਿ ਇੰਨੇ ਧੱਕੇ ਦੇ ਬਾਵਜੂਦ ਅਗਰ ਸ਼੍ਰੋਮਣੀ ਅਕਾਲੀ ਦਲ ਇੰਨਾ ਨੈਕ ਟੂ ਨੈਕ ਹੈ ਤਾਂ 2022 ਦੀ ਸਥਿਤੀ ਅੱਜ ਹੀ ਸਾਫ਼ ਹੈ। ਚਲੋ, ਵੋਟ ਪਰਸੈਂਟੇਜ ਜਦੋਂ ਆਜੂਗੀ ਸਾਹਮਣੇ ਕਲੀਅਰ ਸਾਹਿਬ, ਉਦੋਂ ਇਹ ਸਵਾਲ ਕਰ ਲਾਂਗੇ, ਪਰ ਨੈਕ ਟੂ ਨੈਕ ਫਾਈਟ ਨਹੀਂ ਹੈਗੀ ਸਰ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਬਾਕੀ ਪਾਰਟੀਆਂ ਨੂੰ ਸਵਾਲ ਜੋ ਹੋਣਗੇ ਕਿ ਇਹ ਨਤੀਜੇ ਵਾਕਈ 2022 ਦਾ ਟ੍ਰੇਲਰ ਨੇ। ਇਹ ਸਵਾਲ ਇਸ ਲਈ ਮਹੱਤਵਪੂਰਨ ਹੈ, ਨਗਰ ਕੌਂਸਲ ਚੋਣਾਂ, ਨਗਰ ਪੰਚਾਇਤ ਚੋਣਾਂ, ਨਗਰ ਨਿਗਮ ਚੋਣਾਂ ਵਿੱਚ ਜਿਸ ਤਰੀਕੇ ਨਾਲ ਸਿਆਸੀ ਇਬਾਰਤ ਲਿਖੀ ਜਾਂਦੀ ਹੈ, ਉਹ ਵਿਧਾਨ ਸਭਾ ਚੋਣਾਂ ਵਿੱਚ ਲਿਖੀ ਜਾ ਸਕਦੀ ਕਿ ਨਹੀਂ ਜਾ ਸਕਦੀ, ਇਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਸਾਰੇ ਇਸ ਨੂੰ ਸੱਤਾ ਦਾ ਸੈਮੀਫਾਈਨਲ ਦੱਸਦੇ ਆ। ਹੋ ਸਕਦਾ ਹੈ ਸੱਤਾ ਦਾ ਸੈਮੀਫਾਈਨਲ ਨਾ ਹੋਵੇ, ਇਹ ਸੱਤਾ ਦਾ ਸੈਮੀਫਾਈਨਲ ਬਣਾਉਣ ਦੇ ਲਈ ਕਿਸਾਨ ਅੰਦੋਲਨ ਦਾ ਇੰਤਜ਼ਾਰ ਕਰਨਾ ਪਵੇਗਾ। ਵਾਪਸ ਆ ਰਹੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜਿਆਂ 'ਚੋਂ 2022 ਲਈ ਕਿਹੜਾ ਸਿਆਸੀ ਰੋਡਮੈਪ ਹੈ? ਅਹਿਬਾਬ ਗਰੇਵਾਲ ਜੀ, ਆਮ ਆਦਮੀ ਪਾਰਟੀ ਬੜੀਆਂ ਉਡੀਕਾਂ ਤੋਂ ਬਾਅਦ ਚੋਣਾਂ ਵਿੱਚ ਉਤਰੀ ਹੈ, 22 ਇਲੈਕਸ਼ਨ ਤੁਸੀਂ ਡਰੋਪ ਕਰਦੇ ਰਹੇ, ਛੋਟੀਆਂ ਚੋਣਾਂ ਕਹਿ ਕੇ ਤੁਸੀਂ ਡਰੋਪ ਕਰਦੇ ਰਹੇ, ਇਹ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਇਮਤਿਹਾਨ ਸੀਗਾ ਅਹਿਬਾਬ ਗਰੇਵਾਲ। ਉਸ ਇਮਤਿਹਾਨ ਵਿੱਚ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਜਿਹੜੇ 20 MLA ਜਿੱਤੇ ਸੀਗੇ ਹੁਣ ਗਰਾਊਂਡ 'ਤੇ ਕੁਛ ਨਹੀਂ ਹੈਗਾ, ਆਪ ਸਭ ਜਗ੍ਹਾ ਸਾਫ਼।
केपी जी मैं एक गल करनी चाहूंगा कि पहली गल किगला जी ने सब की सराहना की, पुलिस ते प्रशासन की सराहना करनी भुल गए। आम आदमी पार्टी दे तुसी जे नतीजे देखो साफ बिल्कुल नहीं हुई। साडा जिहड़ियां थावां ते कई थावां ते साडा बिल्कुल आधार नहीं सी, असीं उत्थे उठ के उभरे हाँ। एंड ये जी कब्जाई गई इलेक्शन है, ये जो कोई यह सोचता कि 2022 ते इहदा असर पएगा वह तो दिमाग चो वहम कढ दिओ। यह इलेक्शन कब्जे करके जीती गई है, जो कि थोड़े अर्गे निरपक्ष मीडिया ने बड़े खुले तरीके नाल दिखाया कि किस तरह एक प्रशासन नू इस्तेमाल करके, गुंडागर्दी नू इस्तेमाल करके इलेक्शन जीती गई है। सो मेरा कहना है कि यह तो हाले शुरुआत है, जिवें जिवें अगे अगे सियासी माहौल गरमाएगा आपां नू पता लगता रहेगा कि किस तरह कांग्रेस का यह दावा बड़ा खोखला है कि 2022 लई उन्हां दा सैमीफाइनल। बाब जी जे 2022 लई सैमीफाइनल नहीं है फिर तुसीं इलेक्शन च उतरे क्यों सर? तुसीं आपदे आप नू टेस्ट करना सी ना, तुसीं कित्थे खड़े हो? मैं बिल्कुल तुहानू क्लीयर दसदा, साडा इलेक्शन च उतरन दा यह मकसद सीगा कि सब तो पहला असीं जिहड़ा अपना संगठन ढांचा सीगा जिहड़ा उहनू बनाउण दी लगातार कोशिशां चल रहियां सीगियां, ਉਹਨੂੰ ਅਸੀਂ ਇੱਕ ਡਰਾਈ ਰਨ ਦਈਏ ਕਿ ਕਿਸ ਤਰ੍ਹਾਂ ਇਹ ਸ਼ੁਰੂਆਤ ਹੋ ਸਕਦੀ। ਸਾਨੂੰ ਪਤਾ ਸੀਗਾ ਕਿ ਇਹ ਸਾਮ ਦਾਮ ਦੰਡ ਭੇਦ ਸਭ ਕੁਝ ਇਸਤੇਮਾਲ ਕਰਨਗੇ, ਸਾਨੂੰ ਪਤਾ ਸੀਗਾ ਕਿ ਇਹਨਾਂ ਨੇ ਕੁਛ ਵੀ ਨਹੀਂ ਹੋਣ ਦੇਣਾ, ਪਰ ਉਹਦੇ ਬਾਵਜੂਦ ਅਸੀਂ ਆਪਣੇ ਨਤੀਜਿਆਂ ਨੂੰ ਇੱਕ ਬਹੁਤ ਗੁੱਡ ਸਟਾਰਟ ਸਮਝਦੇ ਹਾਂ, ਜਿਹੜੀ ਕਿ ਅੱਗੇ ਜਾ ਕੇ ਹੌਲੀ ਹੌਲੀ ਇਸ ਢਾਂਚੇ ਨੂੰ ਖੜਾ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ। ਠੀਕ ਹੈ, ਵਸੀਮ ਰਾਜਾ ਜੀ, ਭਾਰਤੀ ਜਨਤਾ ਪਾਰਟੀ ਨੂੰ ਸਮਝ ਆ ਗਿਆ ਕਿ ਅਕਾਲੀ ਦਲ ਤੋਂ ਬਿਨਾਂ ਉਹਦਾ ਵਜੂਦ ਕੀ ਹੈਗਾ ਅਤੇ ਕਿਸਾਨਾਂ ਤੋਂ ਬਿਨਾਂ ਤੁਹਾਨੂੰ ਪੁੱਛਦਾ ਕੌਣ ਪਿਆ ਪੰਜਾਬ 'ਚੋਂ? ਵਸੀਮ ਰਾਜਾ ਕਿਪੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹੂੰਗਾ, ਹਰਦੀਪ ਸਿੰਘ ਕਿੰਗਰਾ ਜੀ ਨੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਤੇ ਸਾਰਾ ਸ਼੍ਰੇਅ ਜਿਹੜਾ ਸਰਕਾਰ ਦੇ ਕਾਰਗੁਜ਼ਾਰੀ ਨੂੰ ਦੇ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਦਾ, ਪੁਲਿਸ ਪ੍ਰਸ਼ਾਸਨ ਦਾ ਤੇ ਕੈਪਟਨ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ। ਇਹ ਇਲੈਕਸ਼ਨ ਤਾਂ ਇੱਕ ਮਜ਼ਾਕ ਬਣਾਇਆ ਇਹਨਾਂ ਨੇ, ਲੋਕਤੰਤਰ ਦਾ ਅਪਮਾਨ ਕੀਤਾ ਇਸ ਇਲੈਕਸ਼ਨ ਦੇ ਵਿੱਚ। ਇਹ ਸਾਰੇ ਦੇ ਸਾਰੇ ਉਦੋਂ ਹੀ ਨੋਮੀਨੇਟ ਹੀ ਕਰ ਦੇਣੇ ਚਾਹੀਦਾ ਸੀ। ਜਿੱਦਾਂ ਕਿ ਅਸੀਂ ਪਹਿਲੇ ਦਿਨ ਤੋਂ ਹੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਉੱਤੇ ਹਮਲਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਦਫ਼ਤਰ ਨਾ ਖੋਲਣ ਦੇਣੇ, ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਪ੍ਰਚਾਰ ਨਾ ਕਰਨ ਦੇਣਾ। ਉਸ ਤੋਂ ਬਾਅਦ ਇੱਕ ਵੱਡੀ ਗੱਲ ਮੈਂ ਕਹੂੰਗਾ ਕਿ ਇਹ ਕਹਿੰਦੇ ਸੀਗੇ ਕਿ ਬਈ ਕਾਂਗਰਸ ਵਾਲੇ ਕਹਿ ਰਹੇ, ਕਾਂਗਰਸ ਦੇ ਜਿੰਨੇ ਵੀ ਵਰਕਰ ਆ ਜਾਂ ਕਾਂਗਰਸ ਦੇ ਲੀਡਰ ਸਾਹਿਬਾਨ ਇਹ ਕਹਿ ਰਹੇ ਸੀ ਕਿ ਬਈ ਇਹ ਕਿਸਾਨ ਕਰ ਰਹੇ ਨੇ, ਤੇ ਦੋ ਤਿੰਨ ਦਿਨ ਪਹਿਲਾਂ ਦੀ ਕਿਸਾਨ ਇੱਕ ਲੀਡਰ ਦੀ ਸਟੇਟਮੈਂਟ ਆ ਔਨ ਰਿਕਾਰਡ ਅਖਬਾਰ ਦੇ ਵਿੱਚ, ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਖਬਰ ਆ ਕਿ ਬਈ ਕਿਸਾਨ ਕਿਸੇ ਨੂੰ ਬੀਜੇਪੀ ਨੂੰ ਨਹੀਂ ਰੋਕ ਰਿਹਾ ਕੰਪੇਨ ਕਰਨ ਤੋਂ, ਇਹ ਪੰਜਾਬ ਦੀ ਸਰਕਾਰ ਆ ਉਹ ਡਿਸਟਰਬ ਕਰ ਰਹੀ ਆ ਬੀਜੇਪੀ ਨੂੰ ਜਾਂ ਬੀਜੇਪੀ ਦੇ ਲੀਡਰਾਂ ਨੂੰ। ਸਰ ਕਿਹੜਾ ਲੀਡਰ ਹੈ ਸਰ, ਕਿਹੜਾ ਕਿਸਾਨ ਲੀਡਰ ਹੈ? ਵਸੀਮ ਰਾਜਾ ਜੀ, ਵਸੀਮ ਰਾਜਾ ਸਰ ਸੁਣ ਲਿਆ ਕਰੋ ਸਰ, ਸਵਾਲ ਸੁਣ ਲਿਆ ਕਰੋ ਵਸੀਮ ਰਾਜਾ ਜੀ, ਵਸੀਮ ਰਾਜਾ ਜੀ, ਵਸੀਮ ਰਾਜਾ ਜੀ ਸਰ ਸਵਾਲ ਸੁਣ ਲਿਆ ਕਰੋ ਸਰ, ਕਿਹੜਾ ਕਿਸਾਨ ਲੀਡਰ ਹੈ ਜਿੰਦੀ ਇਹ ਸਟੇਟਮੈਂਟ ਹੈ ਸਰ? ਤੁਹਾਨੂੰ ਨਹੀਂ ਰੋਕ ਰਹੇ ਉਹ, ਕਿਹੜੇ ਕਿਸਾਨ ਲੀਡਰ ਦੀ ਸਟੇਟਮੈਂਟ ਹੈ ਸਰ? ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਦੱਸਾਂਗਾ, ਮੈਨੂੰ ਦੋ ਤਿੰਨ ਦਿਨ ਪਹਿਲਾਂ ਦੀ ਟ੍ਰਿਬਿਊਨ ਦੀ ਖਬਰ ਹੈ ਜੀ, ਦੋ ਤਿੰਨ ਦਿਨ ਪਹਿਲਾਂ। ਸਰ ਕਿਹੜਾ ਕਿਸਾਨ ਲੀਡਰ ਹੈ ਵਸੀਮ ਰਾਜਾ ਜੀ, ਕਿਹੜਾ ਕਿਸਾਨ ਲੀਡਰ ਹੈ ਸਰ? ਅਸੀਂ ਉਸ ਕਿਸਾਨ ਲੀਡਰ ਨੂੰ ਸਵਾਲ ਕਰਾਂਗੇ, ਦੱਸੋ ਕਿਹੜਾ ਕਿਸਾਨ ਲੀਡਰ ਹੈ? ਸਰ ਇਸ ਬ੍ਰੇਕ ਚ ਭੇਜ ਦਿਓ, ਸਰ ਇਸ ਬ੍ਰੇਕ ਚ ਭੇਜ ਦਿਓ, ਉਹ ਕਿਸਾਨ ਲੀਡਰ ਦਾ ਨਾਮ ਚਾਹੀਦਾ ਸਰ। ਮੇਰੀ ਗੱਲ ਸੁਣ ਲਓ, ਸਾਰਿਆਂ ਦੀ ਗੱਲਾਂ ਆਰਾਮ ਨਾਲ ਤੁਸੀਂ ਸੁਣਿਆ, ਮੇਰੀ ਵੀ ਗੱਲ ਸੁਣ ਲਓ ਸਰ, ਤੁਹਾਡੀ ਵੀ ਸੁਣ ਰਹੇ ਹਾਂ ਸਰ, ਆਪਾਂ ਅਸੀਂ ਸਰ ਗੁੰਮਰਾਹ ਨਹੀਂ ਕਰ ਸਕਦੇ, ਸਾਡੀ ਜ਼ਿੰਮੇਵਾਰੀ ਹੈ ਸਰ, ਸਾਡੀ ਜ਼ਿੰਮੇਵਾਰੀ ਹੈ, ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਸਾਰਿਆਂ ਨੇ ਰਲ ਕੇ ਬੀਜੇਪੀ ਦਾ ਡਟ ਕੇ ਵਿਰੋਧ ਕੀਤਾ, ਕਿਉਂਕਿ ਇਹਨਾਂ ਨੂੰ ਡਰ ਸੀ ਕਿ ਬੀਜੇਪੀ ਨੇ ਇੰਨੇ ਵੱਡੇ ਪੱਧਰ ਤੇ ਜਿਹੜੀ ਕਿ ਭਾਰਤੀ ਜਨਤਾ ਪਾਰਟੀ 20% ਦੇ ਉੱਤੇ ਇਲੈਕਸ਼ਨ ਲੜਦੀ ਸੀ ਪੰਜਾਬ ਦੇ ਵਿੱਚ, 20 ਤੋਂ ਇੱਕਦਮ ਹੀ 80% ਸੀਟਾਂ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇਸ ਵਾਰੀ ਚੁਣਾਵ ਲੜ ਰਹੇ ਸੀ, ਨੋਮੀਨੇਸ਼ਨਾਂ ਰੱਦ ਹੋਣ ਤੋਂ ਬਾਅਦ ਵੀ ਉਸ ਇਹ ਵੱਡੇ ਸਤਰ ਤੇ ਵਧਦੇ ਹੋਏ ਬੀਜੇਪੀ ਨੂੰ ਦੇਖ ਕੇ ਸਾਰੀਆਂ ਪਾਰਟੀਆਂ ਦਾ ਧਿਆਨ ਜਿਹੜਾ ਬੀਜੇਪੀ ਵੱਲ ਸੀ, ਉਹ ਚਾਹੁੰਦੀਆਂ ਨਹੀਂ ਸੀ ਕਿ ਬੀਜੇਪੀ ਦੇ ਉਮੀਦਵਾਰ ਕੰਪੇਨ ਕਰ ਸਕਣ, ਸਾਡੇ ਉਮੀਦਵਾਰਾਂ ਨੇ ਕੰਪੇਨ ਤੱਕ ਨਹੀਂ ਕਰਨ ਦਿੱਤਾ ਗਿਆ, ਫਿਰ ਇਹ ਤਾਂ ਅਸੀਂ ਕਹਿੰਦੇ ਸੀ ਸਰ ਬੀਜੇਪੀ ਬੀਜੇਪੀ ਕੋਲੇ ਵਸੀਮ ਰਾਜਾ ਜੀ, ਵਸੀਮ ਰਾਜਾ ਜੀ, ਵਸੀਮ ਰਾਜਾ ਜੀ, ਉਹਨਾਂ ਨੂੰ ਵੀ ਮਿਲ ਕੇ ਆਏ ਆ ਵਸੀਮ ਰਾਜਾ ਜੀ, ਵਸੀਮ ਰਾਜਾ ਜੀ, ਲੋਕਾਂ ਦੀ ਬੁਰੀ ਤਰ੍ਹਾਂ ਘਾਣ ਕੀਤਾ ਇਹਨਾਂ ਨੇ ਵਸੀਮ ਰਾਜਾ ਜੀ, ਵਸੀਮ ਰਾਜਾ ਜੀ, ਵਸੀਮ ਰਾਜਾ ਜੀ, ਤੁਹਾਡੇ ਸਰ ਕੈਂਡੀਡੇਟ ਕਿੰਨੇ ਸੀਗੇ ਸਰ ਇਸ ਇਹਨਾਂ ਪੂਰੀਆਂ ਇਲੈਕਸ਼ਨਸ ਦੇ ਵਿੱਚ, ਕਿੰਨੇ ਕੈਂਡੀਡੇਟ ਉਤਾਰੇ ਸਰ ਤੁਸੀਂ? ਦੇਖੋ ਜੀ, ਸਾਡੇ 1062 ਕੈਂਡੀਡੇਟ ਜਿਹੜੇ ਸੀਗੇ ਏ ਤੇ ਬੀ ਕੈਟਾਗਰੀਆਂ ਦੇ ਕੌਂਸਲ ਤੇ ਕਾਰਪੋਰੇਸ਼ਨਾਂ ਦੇ ਵਿੱਚ ਸੀ, ਸਾਡੇ 212 ਉਮੀਦਵਾਰ ਜਿਹੜੇ ਸੀ ਸੀ ਕੈਟਾਗਰੀ ਦੇ ਕੌਂਸਲ ਦੇ ਵਿੱਚ ਸਾਡੇ ਕੈਂਡੀਡੇਟ ਸੀ, ਬਾਕੀ ਜਿਹੜੇ ਕੈਂਡੀਡੇਟਾਂ ਦੀ ਬਾਕੀ ਸਾਡੇ ਕਈ ਕੈਂਡੀਡੇਟਾਂ ਦੇ ਨੋਮੀਨੇਸ਼ਨ ਇਹਨਾਂ ਨੇ ਕਾਂਗਰਸ ਨੇ ਕਾਗਜ਼ ਠੀਕ ਹੋਣ ਦੇ ਬਾਵਜੂਦ ਵੀ ਰੱਦ ਕੀਤੇ ਗਏ, ਰੱਦ ਕਰਾ ਦਿੱਤੇ ਗਏ ਇਹਨਾਂ ਨੇ, ਜਿਹੜੇ ਸਾਡੇ ਜੇਤੂ ਹੋ ਸਕਦੇ ਸੀ ਉਮੀਦਵਾਰ, ਜਿਹੜੇ ਸਟਰੋਂਗ ਕੈਂਡੀਡੇਟ, ਉਹਨਾਂ ਲੋਕਾਂ ਦੇ ਕੈਂਡੀਡੇਟਾਂ ਦੇ ਕਾਗਜ਼ ਵੀ ਰੱਦ ਕਰਾਏ ਕਾਂਗਰਸ ਸਰਕਾਰ ਨੇ। ਠੀਕ ਠੀਕ, ਹਰਦੀਪ ਸਿੰਘ ਕਿੰਗਰਾ,
सर मैं एक सवाल का जवाब तुम दे सकते हो, ये नतीजे इल्जाम तराशियां चलदियां रहणगियां। हरदीप सिंह इंगरा सर, ये नगर कौंसल नगर निगम को उन्होंने बनते हक उन्होंने बनते फंड है इंगरा साहब? देखो के पी, कांग्रेस पार्टी का लोकल सैल्फ गौरमेंट के जोड़ा रोल है वह कदे भी नीवा नहीं विखाया जा सकता, क्योंकि इन्हों का संविधानिक रूप देने वाली पार्टी कांग्रेस है भारत के इन्हों चोणों, वरना मुख्यमंत्री भी साल चोणा नहीं कराते। सर मेरा सवाल होर सी किंगरा साहब, किंगरा साहब मेरा सवाल होर सी, मैं तो सर सवाल ही होर करता पे सर, मैं सवाल ही नहीं करता पे सर, जो सवाल रेगुलर चलते पे है मैं तो नहीं। किंगरा साहब मेरा सवाल तो सुन लो सर, मेरा सवाल सुन लो सर, किंगरा साहब मेरा सवाल सुन लो, नगर कौंसल नगर पंचायत नगर निगम को सर मौजूदा फंड है जो उन्होंने फंड चाहिए वो है सर? के पी मैं उत्थे ही आ रहा, उस संविधानिक सोध के फाइनांस कमीशन का प्रावधान है कि हर स्टेट एक फाइनांस कमीशन बनाएगी। मैनू बड़े दुख नाल कहना पै रहा है, मैं फिर कहना बड़े दुख नाल कहना पै रहा है कि जिस तरह सोच के कांग्रेस ने अटानमस इन्हों का सिस्टम बनाना चाहिया सी पूरे का पूरा नहीं बन पाया। अज भी ढांचा जिहड़ा है वह सूबे दीआं सरकारां दे उत्ते निर्भर करता है। चलो मैं वेलकम करदा किंगरा साहब, मैं वेलकम करदा किंगरा साहब, तुसीं एडमिट करदे पे हो कि नगर कौंसल नगर पंचायत नगर निगम कोले फंड ही नहीं हैगे जिहड़े शहरां दा विकास कर सकन जां नगर पंचायत आपदे काम कर सकन, तुसीं मानदे पे हो सर? मैं वेलकम करदा तुहाडा अहबाब गरेवाल, मैं आ रहा किंगरा साहब वापस आऊँगा सर, वापस आऊँगा सर, किंगरा साहब वापस आऊँगा। अहबाब गरेवाल तुसीं सर क्यों इन्ने तरलो मच्छी होई जाने हो, जिन्हों को फंड नहीं है जोड़े विकास कर नहीं सकते, तुम ढोलकिया छैने बजाई जाने, नगर कौंसल ने कब्जा कर लिया, नगर निगम से कब्जा हो गया, सर एक योजी सियासत हो रही है? किसी ने सवाल किया सर कि फंड नहीं है? के पी जी असी एक गल कहनी चाहते हैं, असी बार बार लोगों कह रहे हैं कि जेडे मॉडल से असी जेडे तरस से असी दिल्ली सरकार चला रहे हैं, असी बार बार एक उदाहरण दे रहे हैं कि किस तरह फंड प्रक्योर किए जाते हैं, किस तरह फंड बनाए जाते हैं, किस तरह फंड इस्तेमाल चज नाल किए जाते हैं। साडा कहण दा साडा लड़ाई लड़न दा ते साडी जिहड़ी बुनियादी लड़ाई है वह इस चीज़ की लड़ाई है कि जिहड़ियां सरकारां बार बार कहिंदियां ने कि साडे कोल फंड है नहीं, पहली गल चार साल च स्टेट गवर्नमेंट ढांचा नहीं बना पाई, नंबर दो साडा एक मॉडल है जिहड़ा मॉडल यह दसदा है कि किस तरह नगर कौंसल किस तरह कारपोरेशन अपने फंड प्रक्योर कर सकदियां। छोटा जिहा उदाहरण दऊंगा, एक एडवरटाइजमेंट का जिहड़ा हिसाब किताब है जिहड़ा फंड आने चाहिए वह घट लैस दैन 2% एमसी नगर कौंसलों आ रहे हैं, वो तो ही 20 to 15% विकास का काम हो सकता है। अहबाब जी अहबाब जी अहबाब जी सर दिल्ली मॉडल का जिक्र करते पे हो, दिल्ली में कारपोरेशन तुहाडे कोल है सर? सर बिल्कुल नहीं हैगी, दिल्ली में कारपोरेशन नहीं हैगी, बावजूद दिल्ली सरकार ने बार बार सिद्ध किया कि किस तरह फंड्स प्रोड्यूस किए जाते हैं, किस तरह लोगों की भलाई लई सर तुसी सर तुसी दिल्ली गए हो? अहबाब जी दिल्ली गए हो सर? उत्थे वड्डे वड्डे बैनर लगे हुए सर, किन्ने करोड़ों रुपए का बकाया दिल्ली सरकार वाल जिहड़े उत्थे तुहाडे विरुद्ध नारे लगते हैं, देखे कदे सर? सर साडे विरुद्ध जिहड़े नारे लगते हैं वो बीजेपी ते दिल्ली कारपोरेशन लवाउंदी है सर, जाके देख के आओ ना सर, दिल्ली दी सड़कां ते वड्डे वड्डे बोर्ड लगे हुए सर, अहबाब जी जाके देख के आओ उत्थे सर, बिल्कुल वड्डे वड्डे बोर्ड लगे आ, तुसी मैनूं इह दस्सो कि केड़ा आम नागरिक वड्डे वड्डे बोर्ड दिल्ली चलवा सकदा सवाए केंद्र सरकार दे? ते सर उह सवाल ते चुकदे पए ना, बोर्ड बोर्ड उत्थे पटा दो सर, जे तुहाडे तुहाडे कोल जवाब हैगा तां उहनां दा दे दो ना फंड उहनां नूं सर, जिहड़े तुसी नहीं दे रहे। असीं जवाब स्टैप बाय स्टैप जवाब दिंदे आ सर, साडा जवाब है हस्पताल, साडा जवाब है स्कूल, साडा जवाब है महला क्लीनिक, साडा जवाब है डोर स्टैप ते राशन डिलीवरी, साडा जवाब है हर तरह की सर्विस प्रोवाइड करना, साडा जवाब है सर। ठीक है अशदीप क्लियर सर, ये नगर कौंसल नगर पंचायत नगर निगम को फंड की घाट कदों तो शुरू हुई? अशदीप सिंह क्लियर मैं आ रहा मिस्टर किंगरा। केपी जी तुसीं इह गल देखी होनी कि 2007 to 2017 श्रोमणी अकाली दल की सरकार रही और शहरों का जिन्ना विकास होया इसे नगर कौंसलों ने इसे कारपोरेशन ने किया और कदे कोई फंड की घाट इन्हां दे विच आई नहीं, पर जिस तरह के 2017 तो कांग्रेस की सरकार लगातार ये गल कह रही है कि जी फंड नहीं है फंड नहीं है और इसे चीज़ का ही खमियाजा हुण इन्हां नूं भुगतना पै रिहा है कौंसलों और कारपोरेशनों नूं, और पिछले एक साल तो तकरीबन इन्हां दे विच एडमिनिस्ट्रेटर लगे हुए सी, सीधा डायरैक्ट सरकार का कंट्रोल सीगा और विकास की किट तक नहीं लाई और यही कांग्रेस की सरकार सवा चार साल इन्हां दे विच ना फंड दे सकी ना डिवेलपमेंट करा सकी, उहदा ठीक रहा आपां जिते मर्जी हुण पुरानी सरकार ते भंडी जाइए। सर तुसीं तां सर तुसीं तां डिवेलपमेंट कराई सी ना कि कलेर साहब तुसीं डिवेलपमेंट कराई सी सर, बठिंडे तुहाडा हाल की होया सर कलेर साहब? यही तो त्रासदी है केपी जी के लोगों ने डिवेलपमेंट की जगह एक जिहड़ा कूड प्रचार विरोधी पार्टियां ने किया और उहदा जवाब अज पंजाब दे यूथ ने जो दिल्ली के बॉर्डर से जाके दिता तो राहुल गांधी को शर्म आनी चाहिए जिन्होंने कहा कि 10 to 7 नशेड़ी ने,
और होर धर्म की सियासत की कुछ नहीं। मैं फिर दोबारा कहना सर मैं विकास की गल करता पे सर कुछ नहीं किया सर मैं डेवलपमेंट की गल करता पे सर 2022 च देना पऊगा हाँ डेवलपमेंट की गल करता पे सर मैं एक छोटा ब्रेक लूंगा ब्रेक तो वापस आवेंगे की है नतीजे 2022 का ट्रेलर ने जो हुण तक चर्चा में निकल के आया ये 2022 का ट्रेलर इन्हों कि मनिया जा सकता है ये फैसला तुम करना पर यह डिबेट है जी नतीजे जरूर पहुँचूगी निचोड़न का जरूर कड़ा वापस आ रही स्थानक सरकार चोणों नतीजों 2022 लिए कि सियासी रोडमैप है वसीम राजा जी मिस्टर सुनील जाखड़ ने यह गल कही है कि लॉन्चिंग पैड है 2022 लिए जे लॉन्चिंग पैड है तो फिर वसीम राजा जी भारतीय जनता पार्टी लिए तो जगह लभनी नहीं क्योंकि तुहाडे कोल तां कैंडिडेट पूरे नहीं होए तुसीं 117 विधानसभा हल्कियां ते चोणां लड़नियां सर इस बार देखो केपी जी जिदा कि जाखड़ साहब ने तो गल करनी सी कि भाई लॉन्चिंग पैड है जां की आ मैं तो स्पष्ट कहूंगा ये इलैक्शन कुछ भी मायने नहीं रखते ये इलैक्शन ते कब्जा किया गया कौंसलां ते कब्जा किया गया जबरदस्ती कांग्रेस के गुंडिया राही पंजाब के पुलिस राही जिहड़े भी इलैक्शन कमीशन के जिहड़े नुमाइंदे लाए गए उस सरकार दे अंग हुंदे होए भी कांग्रेस के वर्करां दी तरह उन्होंने काम किया सारा पंजाब दी जनता ने देखिया पंजाब दी एक किसी वसीम राजा जी वसीम राजा जी 2022 दा रिजल्ट जिहड़ा आएगा केपी जी 2022 दा जिहड़ा रिजल्ट आएगा वह इहदे तो बिल्कुल विपरीत होएगा ਜਿਹੜਾ ਕਿ ਤੁਸੀਂ ਇੱਕ ਕੁਐਸਚਨ ਪੁੱਛਿਆ ਵੀ ਆ ਕਾਂਗਰਸ ਦੇ ਬੁਲਾਰੇ ਤੋਂ ਕਿ ਬਈ ਇਹ ਈਵੀਐਮ ਦਾ ਚੱਕਰ ਉਦੋਂ ਤਾਂ ਨਹੀਂ ਪਏਗਾ 2022 ਦੇ ਜੇ ਹੁਣ ਈਵੀਐਮ ਠੀਕ ਹੈ ਤਾਂ ਉਹਨਾਂ ਨੇ ਜਵਾਬ ਕੋਈ ਜਵਾਬ ਜਿਹੜਾ ਤੁੱਕ ਨਾ ਦਿੱਤਾ ਨਹੀਂ ਉਹਨਾਂ ਨੂੰ ਡਰ ਆ ਉਹਨਾਂ ਦੇ ਮਨ ਮੈਨੂੰ ਪਤਾ ਸੀ ਤੁਹਾਨੂੰ ਇਹ ਸਵਾਲ ਪਸੰਦ ਆਊਗਾ ਮੈਨੂੰ ਪਤਾ ਸੀ ਵਸੀਮ ਰਾਜਾ ਉਹ ਗੁੰਡਾਗਰਦੀ ਨਾਲ ਤੇ ਪੰਜਾਬ ਦੇ ਪ੍ਰਸ਼ਾਸਨ ਦਾ ਸਪੋਰਟ ਨਾਲ ਇਹ ਕਬਜ਼ੇ ਕੀਤੇ ਹੈਗੇ ਕੌਂਸਲਰਾਂ ਤੇ ਕੌਂਸਲ ਤੇ ਕਾਰਪੋਰੇਸ਼ਨਾਂ ਦੇ ਉੱਤੇ ਤੇ ਜਿਹੜੀ 2022 ਦਾ ਜਿਹੜਾ ਇਲੈਕਸ਼ਨ ਹੋਏਗਾ ਉਹ ਨਿਸ਼ਪਕਸ਼ ਇਲੈਕਸ਼ਨ ਹੋਏਗਾ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਉਦੋਂ ਜਿਹੜਾ ਜਿਹੜੀ ਆਪਣੀ ਭੂਮਿਕਾ ਨਿਭਾਏਗੀ ਪੰਜਾਬ ਦੀ ਜਨਤਾ ਨੇ ਬੀਜੇਪੀ ਦਾ ਸਾਥ ਦੇਣਾ ਤੇ ਪੰਜਾਬ ਦੀ ਜਨਤਾ ਜਿਹੜੀ ਬੀਜੇਪੀ ਦੀ ਸਰਕਾਰ ਬਣਾਏਗੀ 2022 ਦੇ ਵਿੱਚ ਕਿਉਂਕਿ ਅਕਾਲੀ ਦਲ ਨੂੰ ਵੀ ਉਹਨਾਂ ਨੇ ਉਹ ਦੇਖ ਚੁੱਕੇ ਆ ਪੰਜਾਬ ਵਸੀਮ ਰਾਜਾ ਜੀ ਵਸੀਮ ਰਾਜਾ ਸਵਾਲ ਲੈ ਲਓ ਸਰ ਸਵਾਲ ਲੈ ਲਓ ਸਰ ਸਵਾਲ ਲੈ ਲਓ ਵਸੀਮ ਰਾਜਾ ਜੀ ਵਸੀਮ ਰਾਜਾ ਤੁਸੀਂ ਇਹ ਮੰਨਦੇ ਹੋ ਕਿ ਕਿਸਾਨ ਅੰਦੋਲਨ ਦਾ ਸੇਕ ਹੈ ਜਿਹੜਾ ਉਹ ਬੀਜੇਪੀ ਨੂੰ ਨਹੀਂ ਲੱਗਿਆ ਇਹਨਾਂ ਇਲੈਕਸ਼ਨ ਵਿੱਚ ਵੀ ਦੇਖੋ ਕਿਸਾਨ ਅੰਦੋਲਨ ਦਾ ਸੇਕ ਜਿਹੜੀ ਗੱਲ ਕਰ ਸਕਦੇ ਕੌਂਸਲ ਕਾਰਪੋਰੇਸ਼ਨ ਦੇ ਇਲੈਕਸ਼ਨ ਸੀਗੇ ਸ਼ਹਿਰਾਂ ਦੇ ਇਲੈਕਸ਼ਨ ਸੀ ਇਹਦੇ ਤੇ ਇਲੈਕਸ਼ਨ ਉਹਦਾ ਕੋਈ ਮਹੱਤਵ ਮੈਂ ਨਹੀਂ ਮੰਨੂਗਾ ਕੋਈ ਜ਼ਿਆਦਾ ਰੋਲ ਰਿਹਾ ਵਸੀਮ ਰਾਜਾ ਜੀ ਵਸੀਮ ਰਾਜਾ ਜੀ ਵਸੀਮ ਰਾਜਾ ਜੀ ਵਸੀਮ ਰਾਜਾ ਤੁਸੀਂ ਇਹ ਗੱਲ ਕਹਿ ਸਕਦੇ ਹੋ ਵਸੀਮ ਰਾਜਾ ਜੀ ਸਰ ਸੁਣ ਲਓ ਸਰ ਸਰ ਸੁਣ ਲਓ ਸਰ ਸੁਣ ਵੀ ਲਿਆ ਕਰੋ ਨਾ ਵਸੀਮ ਰਾਜਾ ਸੁਣ ਲਿਆ ਕਰੋ ਸੁਣ ਲਿਆ ਕਰੋ ਇਸ ਤਰ੍ਹਾਂ ਨਹੀਂ ਹੁੰਦੇ ਵਸੀਮ ਰਾਜਾ ਸਰ ਸੁਣ ਲਿਆ ਕਰੋ ਸਵਾਲ ਵੀ ਲੈ ਲਿਆ ਕਰੋ ਨਾਲ ਸਰ ਇਹ ਮਸਲਾ ਇਹੀ ਹੈ ਤੁਸੀਂ ਇਸ ਨੂੰ ਇਕੱਲਾ ਕਿਸਾਨ ਦੇ ਨਾਲ ਜੋੜ ਕੇ ਹੀ ਮੰਨਦੇ ਹੋ ਮਸਲਾ ਸਾਰਾ ਜਿਹੜਾ ਲਾਜ਼ ਵਾਲਾ ਮਸਲਾ ਹੈਗਾ ਤਿੰਨ ਖੇਤੀ ਕਾਨੂੰਨ ਦਾ ਮਸਲਾ ਸਰ ਇਹ ਕੰਜ਼ਿਊਮਰ ਨਾਲ ਵੀ ਉਹਨੇ ਜੁੜਿਆ ਹੋਇਆ ਵਸੀਮ ਰਾਜਾ ਤੁਸੀਂ ਕਿਉਂ ਨਹੀਂ ਮੰਨਦੇ ਪਏ ਇਹ ਤੁਹਾਨੂੰ ਝਟਕਾ ਸ਼ਹਿਰਾਂ 'ਚ ਵੀ ਲੱਗਦਾ ਪਿਆ ਹੁਣ ਕੰਜ਼ਿਊਮਰ ਜਾਗ ਰਿਹਾ ਦੇਖੋ 2022 ਦਾ ਇਲੈਕਸ਼ਨ ਆ ਲੈਂਦੋ ਇਹ ਇਲੈਕਸ਼ਨਾਂ ਨੂੰ ਤਾਂ ਆਪਾਂ ਮੰਨਦੇ ਨਹੀਂ ਇਹ ਇਲੈਕਸ਼ਨ ਜਿਹੜੇ ਆ ਕਬਜ਼ਾ ਹੋਇਆ ਕੰਜ਼ਿਊਮਰ ਦੀ ਵਸੀਮ ਰਾਜਾ ਜੀ ਚਲੋ ਨਹੀਂ ਮੰਨਦੇ ਵਸੀਮ ਰਾਜਾ ਜੀ ਨਹੀਂ ਮੰਨਦੇ ਨਾ ਮੈਨੂੰ ਇਹ ਦੱਸੋ ਵਸੀਮ ਰਾਜਾ ਜੀ ਸਰ ਸੁਣ ਲਿਆ ਕਰੋ ਪਹਿਲਾਂ ਤੁਸੀਂ ਵੀ ਇਲੈਕਸ਼ਨ ਦੇਖਿਆ ਪੰਜਾਬ ਦਾ ਅਸੀਂ ਵੀ ਸਰਕਾਰਾਂ 'ਚ ਰਹੇ ਵਸੀਮ ਰਾਜਾ ਜੀ ਇਦਾਂ ਦਾ ਕੰਮ ਕਦੇ ਨਹੀਂ ਸੀ ਹੋਇਆ ਵਸੀਮ ਰਾਜਾ ਜੀ ਕਹਿੰਦੀ ਅੱਜ ਦੀ ਕਾਂਗਰਸ ਨੇ ਖਿਲਾਤੀ ਵਸੀਮ ਰਾਜਾ ਜੀ ਮੈਂ ਤੁਹਾਡਾ ਰਾਜ ਵੀ ਦੇਖਿਆ ਸਰ ਕਾਲੀ ਬੀਜੇਪੀ ਦਾ ਰਾਜ ਵੀ ਦੇਖਿਆ ਸਰ ਮੈਂ ਕਾਲੀ ਬੀਜੇਪੀ ਰਾਜ ਵੀ ਦੇਖਿਆ ਵਸੀਮ ਰਾਜਾ ਮੈਂ ਉਦੋਂ ਵੀ ਕਵਰ ਕੀਤਾ ਸਰ ਵਸੀਮ ਰਾਜਾ ਮੈਂ ਅਕਾਲੀ ਬੀਜੇਪੀ ਦਾ ਰਾਜ ਵੀ ਦੇਖਿਆ ਵਸੀਮ ਰਾਜਾ ਤੁਸੀਂ ਅਜੇ ਵੀ ਨਹੀਂ ਮੰਨਦੇ ਪਏ ਕੰਜ਼ਿਊਮਰ ਦਾ ਮਸਲਾ ਹੈਗਾ ਵਸੀਮ ਰਾਜਾ ਹਜੇ ਵੀ ਤੁਹਾਨੂੰ ਕਿਸੇ ਹੋਰ ਨਤੀਜੇ ਦਾ ਇੰਤਜ਼ਾਰ ਹੈ ਦੇਖੋ ਮੈਂ ਇੱਕ ਗੱਲ ਸਪਸ਼ਟ ਕਹੂੰਗਾ ਕਿ ਇਸ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਕਿਸਾਨਾਂ ਨਾਲ ਇਫੈਕਟ ਨਹੀਂ ਸੀ ਇਹ ਤੇ ਕਬਜ਼ਾ ਸੀ ਇਹ ਇਲੈਕਸ਼ਨ ਠੀਕ ਹੈ ਸਰ ਵਸੀਮ ਰਾਜਾ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਵਸੀਮ ਰਾਜਾ ਠੀਕ ਹੈ ਤੁਹਾਡਾ ਕਮੈਂਟ ਆ ਗਿਆ ਸਰ ਤੁਹਾਡਾ ਕਮੈਂਟ ਆ ਗਿਆ ਸਰ ਵਸੀਮ ਰਾਜਾ ਚੁੱਪ ਕਰ ਜਾ ਕਰੋ ਪਲੀਜ਼ ਇਦਾਂ ਨਾ ਕਰਿਆ ਕਰੋ ਅਹਿਬਾਬ ਗਰੇਵਾਲ ਕਿਸਾਨ ਅੰਦੋਲਨ ਦਾ ਸੇਕ ਪਿਆ ਸਰ ਇਹਨਾਂ ਇਲੈਕਸ਼ਨ 'ਚ ਜਾਂ ਨਹੀਂ ਪਿਆ ਸਰ ਬਿਲਕੁਲ ਪਿਆ ਜੀ ਕਿਸਾਨ ਅੰਦੋਲਨ ਦਾ ਫਰਕ ਬਿਲਕੁਲ ਅਸਰ ਪਿਆ ਕਿਉਂਕਿ ਜਿਹੜਾ ਕੱਲਾ ਪੰਜਾਬ ਨਹੀਂ ਪੰਜਾਬ ਦਾ ਹਰ ਜਿਹੜਾ ਕੋਈ ਰਹਿਣ ਵਾਲਾ ਬਸ਼ਿੰਦਾ ਹੈ ਉਹ ਨਾ ਤਾਂ ਸਿਰਫ ਕਿਸਾਨਾਂ ਨਾਲ ਸਹਾਨੁਭੂਤੀ ਰੱਖਦਾ ਉਹ ਇਹ ਵੀ ਸਮਝਦਾ ਕਿ ਇਹ ਕਾਨੂੰਨ ਆਉਣ ਨਾਲ ਕੱਲੇ ਕਿਸਾਨ ਨਹੀਂ ਹਰ ਬੰਦੇ ਦੀ ਜ਼ਿੰਦਗੀ ਤੇ ਅਸਰ ਪਏਗਾ ਇਸ ਕਰਕੇ ਜ਼ਰੂਰ ਪਿਆ ਸਰ ਸਰ ਬੀਜੇਪੀ ਕਿਉਂ ਨਹੀਂ ਮੰਨਦੀ ਵੀ ਮੈਂ ਸਵਾਲ ਕੰਜ਼ਿਊਮਰ ਵਾਲਾ ਖੜਾ ਕਰਦਾ ਪਿਆ ਕੰਜ਼ਿਊਮਰ ਵਾਲੇ ਸਵਾਲ ਨੂੰ ਦਰਕਨਾਰ ਕੀਤਾ ਜਾ ਰਿਹਾ ਵਾਰ-ਵਾਰ ਸਰ ਉਹ ਪਤਾ ਕੀ ਹੈ ਦੇਖੋ ਕਹਿੰਦੇ ਵੀ ਸ਼ੀਸ਼ੇ ਦੇ ਘਰ 'ਚ ਰਹਿਣ ਵਾਲੇ ਨੂੰ ਦੂਜਿਆਂ ਤੇ ਪੱਥਰ ਨਹੀਂ ਮਾਰਨੇ ਚਾਹੀਦੇ ਇਹ ਗੁੰਡਾਗਰਦੀ ਦੀ ਗੱਲ ਕਰਦੇ ਆ ਇਹ ਗੱਲ ਕਰਦੇ ਆ ਕਿ ਅਸੀਂ ਸਰਕਾਰੀ ਪ੍ਰਸ਼ਾਸਨ ਯੂਜ਼ ਕਰ ਰਹੇ ਆ ਇਹਨਾਂ ਨੇ ਪ੍ਰਸ਼ਾਸਨ ਯੂਜ਼ ਕਰ ਕਰਕੇ ਕਿਸਾਨਾਂ ਨਾਲ ਕਿੰਨਾ ਬੁਰਾ ਹਾਲ ਕੀਤਾ ਤੇ ਕਿਵੇਂ ਮੰਨ ਜਾਣਗੇ ਇਹਨਾਂ ਨੇ ਜਦੋਂ ਕਿਸਾਨਾਂ ਤੇ ਐਡੇ ਕੇਸ ਪਾਏ ਨੇ ਕਿਵੇਂ ਮੰਨਣਗੇ ਕਿ ਇਹਨਾਂ ਦਾ ਸੇਕ ਲੱਗਿਆ ਇਹਨਾਂ ਨੂੰ ਠੀਕ ਹੈ ਅਰਸ਼ਦ ਸਿੰਘ ਕਲੇਰ ਕਿਸਾਨ ਅੰਦੋਲਨ ਨਾਲ ਤੁਹਾਨੂੰ ਨੁਕਸਾਨ ਹੋਇਆ ਅਰਸ਼ਦ ਸਿੰਘ ਕਲੇਰ ਇਹਨਾਂ ਇਲੈਕਸ਼ਨ ਵਿੱਚ
ਨਹੀਂ ਕੇਪੀ ਜੀ, ਕਿਸਾਨ ਅੰਦੋਲਨ ਦਾ ਨੁਕਸਾਨ ਮੈਂ ਕਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੈ, ਨਹੀਂ ਹੋਇਆ, ਬਟ ਹਾਂ ਇਸ ਇਲੈਕਸ਼ਨਸ ਦੇ ਉੱਤੇ ਕਿਸਾਨ ਅੰਦੋਲਨ ਦਾ ਇੱਕ ਬਹੁਤ ਵੱਡਾ ਅਸਰ ਰਿਹਾ। ਔਰ ਕਿਤੇ ਨਾ ਕਿਤੇ ਇਹ ਸਾਰੀ ਪਾਰਟੀਆਂ ਨੂੰ ਕੰਸੀਡ ਕਰਨਾ ਚਾਹੀਦਾ ਹੈ ਕਿ ਜਿੱਥੇ ਕਿਤੇ ਕੋਈ ਆਜ਼ਾਦ ਉਮੀਦਵਾਰ ਵੀ ਜਿੱਤੇ ਨੇ, ਹੁਣ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਸਾਰੀ ਆਜ਼ਾਦ ਉਮੀਦਵਾਰ ਜਿੱਤੇ ਨੇ, ਉੱਥੇ ਨੈਚੁਰਲੀ ਹੈ ਕਿ ਕਿਸਾਨ ਅੰਦੋਲਨ ਦਾ ਇੱਕ ਨਵਾਂ ਜਿਹੜੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਦੀ ਪੋਲੀਟਿਕਸ ਨੂੰ। ਔਰ ਦੂਸਰੇ ਪਾਸੇ ਮੈਂ ਤਾਂ ਇਸ ਗੱਲ ਨੂੰ ਵੀ ਕਹੂੰਗਾ ਕਿ 2022 ਦੇ ਵਿੱਚ ਵੀ ਅੱਗੇ ਪਾਰਟੀਆਂ ਜਿੱਥੇ ਇੰਪੋਰਟੈਂਟ ਰਹਿਣਗੀਆਂ ਉੱਥੇ ਚਿਹਰੇ ਵੀ ਹੁਣ ਬਹੁਤ ਇੰਪੋਰਟੈਂਟ ਰਹਿਣਗੇ। ਚਿਹਰੇ ਵੀ ਇੰਪੋਰਟੈਂਟ ਰਹਿਣਗੇ, ਠੀਕ ਹੈ ਅਸ਼ੀਫ ਕਲੀਅਰ। ਅਸ਼ੀਫ ਕਲੀਅਰ, ਜੋਗਾ ਦਾ ਰਿਜ਼ਲਟ ਵੀ ਤੁਸੀਂ ਇਸ ਨੂੰ ਕਾਊਂਟ ਕਰਦੇ ਹੋ ਕਿਸਾਨ ਅੰਦੋਲਨ ਦਾ ਨਤੀਜਾ? 12 ਸੀਟਾਂ 13 ਚੋਂ 12 ਸੀਟਾਂ ਕਾਮਰੇਡਾਂ ਦੇ ਹੱਥ ਆਈਆਂ CPI ਦੇ। ਨਹੀਂ ਬਿਲਕੁਲ ਕੇਪੀ ਜੀ, ਹੁਣ ਅੱਜ ਜਦੋਂ ਰਿਜ਼ਲਟ ਆ ਗਏ ਤਾਂ ਆਈਆਂ ਨੇ, ਤਾਂ ਨੈਚੁਰਲੀ ਮੈਂ ਦੱਸ ਰਿਹਾ ਕਿ ਕਿਸਾਨ ਅੰਦੋਲਨ ਨੇ ਕਿਤੇ ਨਾ ਕਿਤੇ ਰਾਜਨੀਤੀ ਨੂੰ ਇੱਕ ਨਵੀਂ ਡੈਫੀਨੇਸ਼ਨ ਦਿੱਤੀ ਹੈ। ਔਰ ਹੁਣ ਨਵੇਂ ਚਿਹਰੇ ਤੇ ਨਵੀਆਂ ਪਾਰਟੀਆਂ ਵੀ ਤੁਹਾਨੂੰ ਸਾਹਮਣੇ ਦਿਖਣਗੀਆਂ ਆਉਣ ਵਾਲੇ 1 ਸਾਲ ਦੇ ਵਿੱਚ ਇਹ ਪਲੇਟਫਾਰਮ ਦੇ ਉੱਤੇ, ਕਿਤੇ ਨਾ ਕਿਤੇ ਚਾਹੇ ਛੋਟੇ ਤੌਰ ਤੇ ਉੱਭਰ ਕੇ ਆਉਣ, ਪਰ ਆਉਣਗੀਆਂ ਜ਼ਰੂਰ। ਇਹ ਬੜੀ ਇੰਪੋਰਟੈਂਟ ਗੱਲ ਕਹੀ ਹੈ ਤੁਸੀਂ। ਹਰਦੀਪ ਸਿੰਘ ਇੰਗਰਾ ਸਰ, ਮੈਂ ਇੱਕ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਹਾਨੂੰ ਇਹ ਸੱਤਾ ਦਾ ਸੈਮੀਫਾਈਨਲ ਲੱਗਦਾ? ਇੱਕ ਲਾਈਨ ਦੇ ਵਿੱਚ ਜਵਾਬ ਦੇ ਦਿਓ, ਉਦੋਂ ਬਾਅਦ ਅਗਲਾ ਸਵਾਲ ਕਰਨਾ ਮੈਂ ਤੁਹਾਨੂੰ। ਕਿ ਸੱਤਾ ਦਾ ਸੈਮੀਫਾਈਨਲ ਲੱਗਦਾ ਤੁਹਾਨੂੰ ਸਰ ਇਹ 2022 ਤੋਂ ਪਹਿਲਾਂ? ਦੇਖੋ ਜੀ, ਇਹਨੂੰ ਸੈਮੀਫਾਈਨਲ ਕਹਿ ਲਓ, ਇਹਨੂੰ ਪ੍ਰੀਲਿਊਡ ਕਹਿ ਲਓ, ਇਹਨੂੰ ਟ੍ਰੇਲਰ ਕਹਿ ਲਓ, ਜਿਹੜੀ ਮਰਜ਼ੀ ਦੇ ਦਿਓ, ਇਹ ਪੰਜਾਬ ਦੇ ਜਨਤਾ ਦਾ ਮੈਂਡੇਟ ਹੈ ਕਾਂਗਰਸ ਨੂੰ ਦਿੱਤਾ ਹੋਇਆ। ਠੀਕ ਠੀਕ ਔਰ ਕਿਉਂ ਨਹੀਂ ਖੇਡਣਗੇ ਅਗਲੇ ਇਲੈਕਸ਼ਨ 'ਚ? ਠੀਕ ਹੈ ਹਰਦੀਪ ਸਿੰਘ ਇੰਗਰਾ। ਹਰਦੀਪ ਸਿੰਘ ਇੰਗਰਾ, ਇਹ 2017 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਅਕਾਲੀ ਦਲ BJP ਵੀ ਐਂ ਜਿੱਤਿਆ ਸੀ ਸਰ, ਜੇ ਤੁਸੀਂ ਇਹਨੂੰ ਟ੍ਰੇਲਰ ਮੰਨਦੇ ਹੋ, ਸੈਮੀਫਾਈਨਲ ਮੰਨਦੇ ਹੋ, ਇਹਦਾ ਮਤਲਬ 2022 ਵਿੱਚ ਤੁਸੀਂ ਗਏ? ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਹਿਲਾਂ ਮੈਂ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ BJP ਦੇ ਜਵਾਬ ਦੇਣਾ ਪੈਣਾ, ਪੁਰਾਣੀ ਕਹਾਵਤ ਹੈ, ਇਹ BJP ਵਾਲੇ ਆਪਦੀਆਂ ਕਰਤੂਤਾਂ ਕਰਕੇ ਮਰੇ ਤੇ ਕਈ ਜਲੇ ਗੁੰਡਾ ਕਰਦੀ। ਚਲੋ ਸਰ, ਠੇਡਾ ਇਹ ਖਾ ਲਿਆ ਸਰ, ਤੁਸੀਂ ਤਾਂ ਠੇਡਾ ਖਾਓ ਨਾ, ਤੁਸੀਂ ਤਾਂ ਦੱਸ ਦੋ ਹੁਣ, ਕਿਉਂਕਿ ਅਕਾਲੀ ਦਲ ਦਾ ਜੇ ਤੁਸੀਂ ਵੇਖੋ 2017 ਦੇ ਵਿੱਚ ਜਿਹੜਾ ਹਸ਼ਰ ਹੋਇਆ ਸੀਗਾ, ਉਹਦੇ ਕਈ ਕਾਰਨ ਸੀ। ਇੱਕ ਤਾਂ ਅਕਾਲੀ ਦਲ ਨੇ ਬਿਜ਼ਨਸ ਜ਼ਿਆਦਾ ਕੀਤਾ ਸੀ ਤੇ ਲੋਕ ਭਲਾਈ ਘੱਟ ਕੀਤੀ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਟੋਟਲੀ ਇਰਰੈਲੀਵੈਂਟ ਹੋ ਗਏ ਸੀਗੇ ਅਖੀਰਲੇ ਸਾਲ ਦੇ ਵਿੱਚ। ਦੀ ਇੰਟਾਇਰ ਸ਼ੋਅ ਵਾਜ਼ ਰਨ ਬਾਏ ਸਰਦਾਰ ਸੁਖਬੀਰ ਸਿੰਘ ਬਾਦਲ। ਮੈਂ ਬੜੇ ਕਲੋਜ਼ ਉਹਨਾਂ ਲੋਕਾਂ ਨਾਲ ਇੰਟਰੈਕਟ ਕੀਤਾ ਜਿਹੜੇ ਮੈਨੂੰ ਦੱਸਦੇ ਰਹੇ ਹੈ, ਔਰ ਉਹ ਸਾਰੇ ਦਾ ਸਾਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਖੜੇ ਕਰਕੇ ਪਿੱਛੇ ਹਟ ਗਏ ਸੀ। ਅਕਾਲੀ ਦਲ ਦੇ ਪਤਨ ਦਾ ਕਾਰਨ ਜਿਹੜਾ ਹੈ ਉਹ ਬਹੁਤ ਵੱਡਾ ਸੀ। ਇੱਕ ਨਵਾਬ ਗਰੇਵਾਲ ਦਾ ਜਵਾਬ ਦੇਣਾ ਪੈਣਾ ਮੈਨੂੰ, 1 ਮਿੰਟ ਛੋਟਾ ਜਿਹਾ ਜਵਾਬ। ਹਾਂ ਬੋਲੋ ਫਟਾਫਟ। ਕਿਤੇ ਮਾਡਲ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਹਮੇਸ਼ਾ, ਉਹ ਨਵਾਬ ਗਰੇਵਾਲ ਜੀ, ਦਿੱਲੀ ਦੇ ਵਿੱਚ 2 ਸਰਕਾਰਾਂ ਕੰਮ ਕਰਦੀਆਂ, ਹਵਾਈ ਅੱਡੇ ਕੇਂਦਰ ਦੀ ਸਰਕਾਰ ਬਣਾਉਂਦੀ ਹੈ, TDA ਕੇਂਦਰ ਦੀ ਸਰਕਾਰ ਹੈ, ਉਦੋਂ ਜਿਹੜਾ ਜਿਹੜਾ ਜਿਹੜੇ ਉੱਥੇ ਪੁਲ ਬਣਦੇ ਆ ਕੇਂਦਰ ਦੇ ਬਣਦੇ ਆ, 26 ਚੋਂ 24 ਸਟੇਡੀਅਮ ਕੇਂਦਰ ਦੇ ਹੈ। ਮੈਂ ਤਾਂ ਨੌ ਹੀ ਨਹੀਂ ਰਿਹਾ ਨਾ ਚੀਜ਼ਾਂ ਦਾ। ਠੀਕ ਹੈ ਹਰਦੀਪ ਸਿੰਘ ਇੰਗਰਾ, ਠੀਕ ਹੈ ਸਰ ਮੈਂ ਦਿੱਲੀ ਵਾਲਾ ਸਵਾਲ ਲੈ ਚੁੱਕਿਆ ਹਾਂ, ਠੀਕ ਹੈ ਸਰ। ਸਰ ਦਿੱਲੀ ਮਾਡਲ ਲਾਗੂ ਨਹੀਂ ਹੋ ਸਕਦਾ ਪੰਜਾਬ ਸਰ, ਕੇਂਗਰਾ ਸਾਹਿਬ ਨਹੀਂ ਲਾਗੂ ਹੋ ਸਕਦਾ, ਦਿੱਲੀ ਮਾਡਲ ਸਰ ਕਰਕੇ ਆਇਆ, ਕੇਂਗਰਾ ਸਾਹਿਬ ਦਿੱਲੀ ਮਾਡਲ ਨਹੀਂ ਲਾਗੂ ਹੋ ਸਕਦਾ ਪੰਜਾਬ ਸਰ, ਨਹੀਂ ਹੋ ਸਕਦਾ, ਸਰ ਤੁਸੀਂ ਟੈਨਸ਼ਨ ਲਓ, ਕੇਂਗਰਾ ਸਾਹਿਬ ਦਿੱਲੀ ਮਾਡਲ ਪੰਜਾਬ ਚ ਲਾਗੂ ਨਹੀਂ ਸਰ। ਹਾਂ ਮਿਸਟਰ ਕਲੀਅਰ, ਕੀ ਕਹਿਣਾ ਚਾਹ ਰਹੇ ਸੀ, ਫਟਾਫਟ ਕਹੀਓ। ਨਹੀਂ, ਮੈਂ ਕੇਂਗਰਾ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ। ਕੇਂਗਰਾ ਸਾਹਿਬ, ਇਹਨੂੰ ਸੈਮੀਫਾਈਨਲ ਦੇ ਤੌਰ ਤੇ ਤਾਂ ਬਿਲਕੁਲ ਵੀ ਨਾ ਦੇਖਿਓ। ਮੈਂ ਤੁਹਾਨੂੰ ਪਟਿਆਲੇ ਦਾ ਇੰਸਟੈਂਸ ਦੇ ਦਿੰਦਾ, 7 ਤੇ 12 ਦੋ ਵਾਰੀ ਉੱਥੇ ਲਗਾਤਾਰ ਮੇਅਰ ਸ਼੍ਰੋਮਣੀ ਅਕਾਲੀ ਦਲ ਦਾ ਬਣਦਾ ਰਿਹਾ ਤੇ MLA ਕੈਪਟਨ ਅਮਰਿੰਦਰ ਸਿੰਘ ਬਣਦੇ ਰਹੇ ਨੇ। ਸੋ ਇਹ ਇਲੈਕਸ਼ਨਾਂ, ਪਹਿਲੀ ਗੱਲ ਇਹਨੂੰ ਤੁਸੀਂ ਸੈਮੀਫਾਈਨਲ ਦਾ ਦੇਖਿਓ, ਔਰ ਦੂਸਰੀ ਗੱਲ ਜਿਸ ਤਰੀਕੇ ਨਾਲ ਹੁਣ ਤੁਸੀਂ ਇਹ ਇਲੈਕਸ਼ਨਾਂ ਕਰਾਈਆਂ ਨੇ, ਇਹ ਮੈਨੂੰ ਲੱਗਦਾ ਪੰਜਾਬ ਯਾਦ ਰੱਖੂਗਾ ਕਿ ਵਿਰੋਧੀਆਂ ਨੇ ਕਾਗਜ਼ ਹੀ ਰੱਦ ਕਰਤੇ ਸੀ ਸਾਰੀ ਸਾਰੀ ਕੌਂਸਲ ਦੇ ਵਿੱਚ, ਐਵੇਂ ਜਿੱਤੀਆਂ ਤਾਂ ਕੀ ਜਿੱਤੀਆਂ, ਇਹ ਤਾਂ ਨੋਮੀਨੇਟ ਹੀ ਕਰ ਲੈਂਦੇ। ਚਲੋ ਕਲੀਅਰ ਸਾਹਿਬ, ਪੰਜਾਬ ਇਹ ਵੀ ਯਾਦ ਰੱਖੂਗਾ ਬਠਿੰਡੇ 'ਚ ਕੀ ਹੋਇਆ, ਜਲਾਲਾਬਾਦ 'ਚ ਕੀ ਹੋਇਆ ਅਤੇ ਮਜੀਠਾ ਹਲਕੇ 'ਚ ਕੀ ਹੋਇਆ, ਪੰਜਾਬ ਇਹ ਵੀ ਯਾਦ ਰੱਖੂ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪੰਜਾਬ ਦੇ ਵਿੱਚ ਇਹ ਇੰਟਰਸਟਿੰਗ ਪੁਆਇੰਟਸ ਬਣਦੇ ਜਾ ਰਹੇ ਆ ਸਿਆਸਤ ਦੇ ਨਾਲ ਜੁੜੇ ਹੋਏ, ਪਰ 2022 ਲਈ ਇੱਕ ਨਵਾਂ ਰੋਡ ਮੈਪ ਤਿਆਰ ਹੋਵੇਗਾ। ਕਿਸਾਨ ਅੰਦੋਲਨ ਦਾ ਅੰਜਾਮ ਕੀ ਨਿਕਲਦਾ, ਉਹਦਾ ਹਾਸਲ ਕੀ ਹੁੰਦਾ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਤੈਅ ਹੋਊਗੀ। ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ। ਜਿਹੜੇ ਲੀਡਰ ਅੱਜ ਇਹ ਕਹਿ ਰਹੇ ਆ ਕਿ 2022 ਦਾ ਟ੍ਰੇਲਰ ਹੈ, 2022 ਦਾ ਸੈਮੀਫਾਈਨਲ ਹੈ, ਇਹ ਮੈਨੂੰ ਲੱਗਦਾ ਉਹਨਾਂ ਨੂੰ ਕਿਸਾਨ ਅੰਦੋਲਨ ਦੇ ਅੰਜਾਮ ਦੀ, ਉਹਦੇ ਨਤੀਜੇ ਦੀ ਵੇਟ ਕਰਨੀ ਚਾਹੀਦੀ ਹੈ, ਇੰਤਜ਼ਾਰ ਕਰਨਾ ਚਾਹੀਦਾ। ਉਸ ਤੋਂ ਬਾਅਦ ਇਹ ਵੱਡੇ ਵੱਡੇ ਬਿਆਨ ਦੇਣੇ ਚਾਹੀਦੇ ਹੈ, ਕਿਉਂਕਿ ਹੁਣ ਕਿਸਾਨ ਫੈਸਲਾ ਕਰਨਗੇ ਕਿ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ, ਕਿਹੜੀ ਸਿਆਸਤ ਹੋਣੀ ਚਾਹੀਦੀ ਹੈ। ਵਾਪਸ ਆ ਰਹੇ ਹਾਂ। ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜਿਆਂ 'ਚ 2022 ਲਈ ਕਿਹੜਾ ਸਿਆਸੀ ਰੋਡ ਮੈਪ ਹੈ?
मैं बड़े सधारण सवाल कर रहा हरजीत सिंह गंगरा एक लाइन के जवाब दे दो तुसीं पंजाब दी पंजाब दे पिंडां विच 12,000 तो वध पिंड है पंजाब विच किंगरा साहब किन्नी आबादी सर पिंडां विच वसदी है पंजाब दी किंगरा साहब देखो पंजाब दी तो 60% आबादी पिंडां च है अच्छा 60% आबादी पंजाब दी पिंडां च है सर फिर ये नतीजे है सर 2022 लई किवें ट्रेलर हो गए मैं थोनों एक गल दस दाँगा मेरे जिहड़े मित्र बैठे आ इह बहुत वारी इल्जाम ला रहे आ जाली वोटां दा जी वोटां बन गईआं तुसीं कितें बादल पिंड जाइओ जे उहनां दी वोटर लिस्ट कढ़िओ जे ਉਸ ਪਿੰਡ ਦੇ ਵਿੱਚ ਕਿੰਨੀਆਂ ਵੋਟਾਂ ਬਾਹਰ ਸਰ ਆਪਾਂ ਗੱਲ ਘੁਮਾ ਰਹੇ ਕਿੰਗਰਾ ਸਾਹਿਬ ਇਦਾਂ ਨਾ ਕਰੋ ਨਾ ਸਰ ਕਿੰਗਰਾ ਸਾਹਿਬ ਮੈਨੂੰ ਪਤਾ ਬਾਦਲ ਕੀ ਹੁੰਦਾ ਸਰ ਲੰਬੀ ਕੀ ਹੁੰਦਾ ਮੈਨੂੰ ਵੀ ਪਤਾ ਫਰੀਦਕੋਟ ਕੀ ਹੁੰਦਾ ਮੁਕਤਸਰ ਕੀ ਹੁੰਦਾ ਕੋਟਪੁਰੇ ਕੀ ਹੁੰਦਾ ਛੱਡੋ ਨਾ ਸਾਰੇ ਇਹਨਾਂ ਚੀਜ਼ਾਂ ਨੂੰ ਸਰ ਮੈਂ ਤਾਂ ਸਵਾਲ ਬੜਾ ਸਧਾਰਨ ਕਰਦਾ ਪਿਆ ਆਪਾਂ ਸਰ ਡਿਬੇਟ ਨੂੰ ਉੱਧਰ ਨਾ ਲੈ ਕੇ ਜਾਈਏ ਸਰ ਮੈਂ ਡਿਬੇਟ ਹੋਰ ਤਰ੍ਹਾਂ ਦੀ ਕਰ ਰਿਹਾ ਕਿੰਗਰਾ ਸਾਹਿਬ ਮੈਂ ਤਾਂ ਕਹਿ ਰਿਹਾ ਸੀ ਪੰਜਾਬ ਦੀ ਆਬਾਦੀ ਤੁਸੀਂ ਕਹਿ ਰਹੇ ਹੋ 60% ਪਿੰਡਾਂ 'ਚ ਵਸਦੀ ਹੈ ਸਰ ਇਹ 2022 ਦਾ ਟ੍ਰੇਲਰ ਕਿਵੇਂ ਹੋ ਗਿਆ ਇਹ ਇਹ 2022 ਦਾ ਟ੍ਰੇਲਰ ਇਸ ਤਰ੍ਹਾਂ ਹੋ ਗਿਆ ਕਿ ਪਿੰਡਾਂ ਦੇ ਜਿਹੜੇ ਆਲਰੇਡੀ ਵੋਟਰ ਹੈ ਉਹਨਾਂ ਨੇ ਮੈਂਡੇਟ ਆਲਰੇਡੀ ਕਾਂਗਰਸ ਨੂੰ ਬਹੁਤ ਵੱਡਾ ਦਿੱਤਾ ਹੋਇਆ ਹੈਗਾ ਚਲੋ ਸਰ ਉਹ ਪਿੰਡਾਂ ਵਾਲੇ ਸਵਾਲ ਕਰਦੇ ਪਏ ਕਿਸਾਨਾਂ ਨੂੰ ਤੁਸੀਂ ਵਾਅਦੇ ਕੀਤੇ ਸੀ ਕਿ ਕਰਜ਼ਾ ਮਾਫ ਕਰਨ ਦੇ ਉਹ ਸਵਾਲ ਤੁਹਾਨੂੰ 2022 ਵਿੱਚ ਪੁੱਛਿਆ ਜਾਊਗਾ ਕਿੰਗਰਾ ਸਾਹਿਬ ਤੁਸੀਂ ਕਿਉਂ ਭੁੱਲ ਜਾਂਦੇ ਹੋ ਉਹ ਤਾਂ ਪੁੱਛਿਆ ਤਾਂ ਜਾਏਗਾ ਜੇ ਅਸੀਂ ਵਾਅਦਾ ਪੂਰਾ ਨਾ ਕਰਾਂਗੇ ਚਲੋ ਠੀਕ ਹੈ ਅਸੀਂ ਵੇਟ ਕਰਦੇ ਹਾਂ ਕਲੀਅਰ ਸਾਹਿਬ ਸਰ ਪਿੰਡਾਂ ਵਾਲੇ ਸਵਾਲ ਪੁੱਛ ਰਹੇ ਆ ਤੁਹਾਨੂੰ ਵੀ ਪੁੱਛ ਰਹੇ ਆ ਕਲੀਅਰ ਸਾਹਿਬ ਤੁਸੀਂ ਇਹ ਨਾ ਸਮਝੋ ਤੁਹਾਨੂੰ ਨਹੀਂ ਪੁੱਛ ਰਹੇ ਤੁਹਾਨੂੰ ਵੀ ਉਹ ਸਵਾਲ ਕਰ ਰਹੇ ਆ ਆਰਡੀਨੈਂਸ ਵੇਲੇ ਤੁਸੀਂ ਨਾਲ ਕਿਉਂ ਖੜੇ ਸੀਗੇ ਤੁਸੀਂ ਇੰਨੀ ਲੇਟ ਕਿਉਂ ਕਰਤਾ ਕਲੀਅਰ ਸਾਹਿਬ ਉਹਦਾ ਜਵਾਬ 2022 ਵਿੱਚ ਤੁਹਾਨੂੰ ਵੀ ਦੇਣਾ ਪਊਗਾ ਕੇਪੀ ਜੀ ਗੱਲ ਇੱਦਾਂ ਨਹੀਂ ਹੁੰਦੀ ਜਦੋਂ ਤੁਸੀਂ ਕੇਂਦਰ ਸਰਕਾਰ 'ਚ ਭਾਈਵਾਲ ਸੀ ਇੱਕਦਮ ਛੱਡ ਕੇ ਨਹੀਂ ਆ ਸਕਦੇ ਸੀ ਕੋਸ਼ਿਸ਼ ਕਰਨੀ ਸੀ ਅਸੀਂ ਕੋਸ਼ਿਸ਼ ਕੀਤੀ ਜੋ ਅੱਜ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਇਹੀ ਅਸੀਂ ਕਰ ਰਹੇ ਸੀ ਕਿ ਕਿਸੇ ਤਰੀਕੇ ਬੀਜੇਪੀ ਦੀ ਸਰਕਾਰ ਨੂੰ ਇਹ ਕਾਨੂੰਨਾਂ ਤੋਂ ਵਾਪਸ ਮੋੜਿਆ ਜਾਵੇ ਜਦੋਂ ਨਹੀਂ ਸੁਣੀ ਗਈ ਛੱਡ ਕੇ ਬਾਹਰ ਆ ਗਏ ਔਰ ਆਹੀ ਉਹੀ ਕੋਸ਼ਿਸ਼ ਅੱਜ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਪਿੰਡਾਂ ਦੇ ਵਿੱਚ ਇੱਕ ਗੱਲ ਮਸ਼ਹੂਰ ਹੈ ਜੋ ਕੀਤਾ ਉਹ ਕਰਕੇ ਦਿਖਾਇਆ ਅਸੀਂ ਕੋਈ ਝੂਠੀਆਂ ਸੋਹਾਂ ਨਹੀਂ ਖਾਂਦੇ ਗੁਟਕਾ ਸਾਹਿਬ ਚੱਕ ਕੇ ਕਿ ਇਹ ਕਰਾਂਗੇ ਉਹ ਕਰਾਂਗੇ ਜੇ ਕਿਸਾਨਾਂ ਦੇ ਖੇਤੀਬਾੜੀ ਦੇ ਟਿਊਬਵੈੱਲਾਂ ਦੇ ਬਿੱਲ ਮਾਫ਼ ਕੀਤੇ ਪਹਿਲੀ ਕੈਬਨਿਟ 'ਚ ਕੀਤੇ ਆਟਾ ਦਾਲ ਸਕੀਮ ਕੀਤੀ ਪਹਿਲੀ ਕੈਬਨਿਟ ਮੀਟਿੰਗ 'ਚ ਲੈ ਕੇ ਆਏ ਅੱਗੇ ਵੀ ਜੋ ਕੁਛ ਕਵਾਂਗੇ ਪਹਿਲੀ ਕੈਬਨਿਟ ਮੀਟਿੰਗ 'ਚ ਕਰਕੇ ਦਿਖਾਵਾਂਗੇ ਇਹਨਾਂ ਵਾਂਗੂ 4.5 ਸਾਲ ਬਾਅਦ ਇਹ ਨਹੀਂ ਕਵਾਂਗੇ ਕਿ ਕਾਂਗਰਸ ਦਾ ਰਾਜ ਸੀ ਅਸੀਂ ਕਰ ਨਹੀਂ ਸਕੇ ਸੋ ਅਸੀਂ ਕਵਾਂਗੇ ਤਾਂ ਕਰਾਂਗੇ ਜੀ ਠੀਕ ਹੈ ਮੈਂ ਕਮਰ ਆ ਰਿਹਾ ਹਰਜੀਤ ਸਿੰਘ ਗਿੰਗਰਾ ਅਹਿਬਾਬ ਗਰੇਵਾਲ ਤੁਹਾਡੇ ਲਈ ਸਰ ਤੁਹਾਡੇ ਕੋਲ ਰੋਡ ਮੈਪ ਕਿਹੜਾ ਹੈਗਾ ਤੁਹਾਨੂੰ ਜਨਤਾ ਨੇ ਦੱਸ ਦਿੱਤਾ ਪੰਜਾਬ ਹੁਣ ਤੁਸੀਂ ਮੰਥਨ ਕਰਨਾ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਇਹ ਗੱਲ ਅਸੈਪਟ ਕਰਨੀ ਪਊਗੀ ਤੁਸੀਂ ਇਹਨਾਂ ਚੋਣਾਂ ਵਿੱਚ ਜੋ ਤੁਹਾਡਾ ਨਤੀਜੇ ਤੁਹਾਡੇ ਸਾਹਮਣੇ ਆਏ ਆ ਤੁਹਾਨੂੰ ਬਹੁਤ ਜ਼ਿਆਦਾ ਮੰਥਨ ਕਰਨ ਦੀ ਲੋੜ ਹੈਗੀ ਹੈ ਤੁਹਾਡੇ ਕੋਲ ਰੋਡ ਮੈਪ ਕੀ ਹੈਗਾ ਸਰ ਇੱਕ ਤਾਂ ਅਹਿਬਾਬ ਗਰੇਵਾਲ ਜੀ ਦਿੱਲੀ ਮਾਡਲ ਦਾ ਜ਼ਿਕਰ ਨਾ ਕਰਿਆ ਕਰੋ ਕਿਰਪਾ ਕਰਕੇ ਸਰ ਬਿਲਕੁਲ ਨਹੀਂ ਕਰਦਾ ਜੀ ਸਰ ਸਾਡੇ ਕੋਲ ਰੋਡ ਮੈਪ ਜਿਹੜਾ ਸਪਸ਼ਟ ਜਿਹਾ ਰੋਡ ਮੈਪ ਇਹ ਹੈ ਸਭ ਤੋਂ ਪਹਿਲਾਂ ਪਾਰਟੀ ਦੇ ਤੌਰ ਤੇ ਸਾਡਾ ਸੰਗਠਨ ਮਜ਼ਬੂਤ ਕਰਨਾ ਸੈਕੰਡਲੀ ਜਿਵੇਂ ਤੁਸੀਂ ਕਿਹਾ ਸਾਡੇ ਕੋਲ ਰੋਡ ਮੈਪ ਇਹ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਨਗਰ ਕੌਂਸਲਾਂ ਕਾਰਪੋਰੇਸ਼ਨਾਂ ਤੋਂ ਸੈਲਫ ਜਨਰੇਟਿੰਗ ਫੰਡਸ ਕਰੇ ਜਾ ਸਕਦੇ ਤੇ ਕਿਸ ਤਰ੍ਹਾਂ ਕਰਪਸ਼ਨ ਨਾਲ ਉਹ ਫੰਡ ਸਾਈਫਰ ਆਊਟ ਕੀਤੇ ਜਾ ਰਹੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਨਾਲ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉਹ ਕੁਝ ਲੋਕਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਕਿਸ ਤਰ੍ਹਾਂ ਰੇਤਾ ਬਜਰੀ ਸੀਮੈਂਟ ਹਰ ਚੀਜ਼ ਸਾਈਫਰ ਅਹਿਬਾਬ ਗਰੇਵਾਲ ਜੀ ਅਹਿਬਾਬ ਗਰੇਵਾਲ ਜੀ ਅਹਿਬਾਬ ਗਰੇਵਾਲ ਜੀ ਮਾਫ਼ ਕਰਨਾ ਜੇ ਪ੍ਰਚਾਰ ਸਰ ਤੁਸੀਂ ਹੁਣ ਕੀਤਾ ਹੁੰਦਾ ਲੋਕਾਂ ਨੂੰ ਸਮਝਾਇਆ ਹੁੰਦਾ ਕਿ ਤੁਹਾਡੀਆਂ ਕੌਂਸਲਾਂ ਕੋਲੇ ਤੁਹਾਡੀਆਂ ਪੰਚਾਇਤਾਂ ਕੋਲੇ ਨਗਰ ਪੰਚਾਇਤਾਂ ਕੋਲੇ ਤੁਹਾਡੇ ਨਿਗਮਾਂ ਕੋਲੇ ਫੰਡ ਹੀ ਨਹੀਂ ਹੈਗੇ ਕਿਸ ਤਰੀਕੇ ਨਾਲ ਸਾਰੇ ਫੰਡ ਆ ਜਿਹੜੇ ਉਹ ਡਾਈਵਰਟ ਕੀਤੇ ਜਾ ਰਹੇ ਆ ਡਲੂਟ ਕੀਤੇ ਜਾ ਰਹੇ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਇਲਜ਼ਾਮ ਲਾ ਰਹੇ ਹੋ ਜੇ ਸਰ ਤੁਸੀਂ ਹੁਣ ਨਹੀਂ ਦੱਸ ਸਕੇ 2022 'ਚ ਕੀ ਦੱਸੋਗੇ ਲੋਕਾਂ ਨੂੰ ਸਰ ਅਸੀਂ ਬਿਲਕੁਲ ਇਹ ਦੱਸਿਆ ਇਸ ਇਲੈਕਸ਼ਨ ਬਾਰੇ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਤੌਰ ਤੇ ਦੱਸ ਸਕਦਾ ਕਿ ਅਸੀਂ ਹਰ ਉਹ ਚੀਜ਼ ਦੱਸੀ ਹੈ ਪਰ ਸਪਸ਼ਟ ਗੱਲ ਇਹ ਹੈ ਕਿ ਇਹ ਇਲੈਕਸ਼ਨ 'ਚ ਜਿੱਤ ਕਾਂਗਰਸ ਦੀ ਜਿੱਤ ਨਹੀਂ ਹੋਈ ਇਸ ਇਲੈਕਸ਼ਨ ਜਿੱਤ ਐਡਮਿਨਿਸਟ੍ਰੇਟਿਵ ਮਸ਼ੀਨਰੀ ਦੀ ਮਸਲ ਪਾਵਰ ਦੇ ਨਾਲ ਮਿਲ ਕੇ ਜਿੱਤ ਹੋਈ ਹੈ ਇਹ ਕੋਈ ਨਿਸ਼ਪਕਸ਼ ਚੁਣਾਵ ਨਹੀਂ ਸੀ ਇਹ ਕੋਈ ਇਹੋ ਜਿਹਾ ਚੁਣਾਵ ਨਹੀਂ ਸੀ ਜਿਹਦਾ ਆਪਾਂ ਫਕਰ ਨਾ ਕਹਿ ਸਕੀਏ ਕਿ ਜੀ ਇਹ ਫਰੀ ਐਂਡ ਫੇਅਰ ਇਲੈਕਸ਼ਨ ਸੀ ਬਿਲਕੁਲ ਫਰੀ ਐਂਡ ਫੇਅਰ ਨਹੀਂ ਸੀ ਚਲੋ ਤੁਸੀਂ ਇਹ ਮੰਨ ਕੇ ਚੱਲਦੇ ਹੋ ਕਿ ਅਕਾਲੀ ਦਲ ਤੁਹਾਡੇ ਨਾਲੋਂ ਅੱਗੇ ਨਿਕਲਦਾ ਹੋਇਆ ਨਜ਼ਰ ਦਿਖਾਈ ਦੇ ਰਿਹਾ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਹਨਾਂ ਚੋਣਾਂ ਦੇ ਵਿੱਚ ਮੈਂ ਬਿਲਕੁਲ ਨਹੀਂ ਮੰਨ ਕੇ ਚੱਲਦਾ ਤੁਸੀਂ ਚੁਣਾਵ ਪਰਸੈਂਟੇਜ ਆ ਲੈਂਦੇ ਹੋ ਤੁਸੀਂ ਦੇਖ ਲਿਓ ਜਿਹੜੀ ਵੋਟਰ ਪਰਸੈਂਟੇਜ ਨਿਕਲੇਗੀ ਉਹਦੇ 'ਚ ਆਪਾਂ ਕੰਪੇਅਰ ਕਰ ਲਾਂਗੇ ਹਾਂ ਇਹ ਮੈਂ ਜ਼ਰੂਰ ਮੰਨਦਾ ਕਿ ਇੱਕ 100 ਸਾਲ ਪੁਰਾਣੀ ਪਾਰਟੀ ਦੇ ਮੁਕਾਬਲੇ ਸਾਡਾ ਸੰਗਠਨ ਥੋੜ੍ਹਾ ਜਿਹਾ ਕਮਜ਼ੋਰ ਹੈ ਬਟ ਆਉਣ ਵਾਲੇ 6 ਮਹੀਨਿਆਂ 'ਚ ਆਹ ਜਿਹੜੀਆਂ ਨਵੀਂ ਸੀਟਾਂ ਆਈਆਂ ਨੇ 6 ਮਹੀਨਿਆਂ 'ਚ ਸਾਡਾ ਸੰਗਠਨ ਪੰਜਾਬ ਦੀ ਗਲੀ ਗਲੀ ਸ਼ਹਿਰ ਸ਼ਹਿਰ ਪਿੰਡ ਪਿੰਡ 'ਚ ਹੋਏਗਾ ਅਤੇ ਉਹਦਾ ਨਤੀਜਾ 2022 'ਚ ਜ਼ਰੂਰ ਨਜ਼ਰ ਆਏ ਚਲੋ ਮੈਂ ਵੈਲਕਮ ਕਰਦਾ ਤੁਸੀਂ ਐਡਮਿਟ ਤਾਂ ਕੀਤਾ ਸਾਡਾ ਸੰਗਠਨ ਕਮਜ਼ੋਰ ਹੈਗਾ ਐਡਮਿਟ ਕਰਨਾ ਬਹੁਤ ਜ਼ਰੂਰੀ ਹੈ ਮੈਂ ਆ ਰਿਹਾ ਮਿਸਟਰ ਗਿੰਗਰਾ ਆ ਰਿਹਾ ਮਿਸਟਰ ਗਿੰਗਰਾ ਆ ਰਿਹਾ ਮੈਂ ਇੱਕ ਮਿੰਟ ਵਸੀਮ ਰਾਜਾ ਤੁਹਾਡਾ ਸੰਗਠਨ ਤਾਂ ਸਰ ਜਿਹੜਾ ਮਾੜੀ ਮੋਟੀ ਮਜ਼ਬੂਤੀ ਫੜ ਰਿਹਾ ਸੀਗਾ ਉਹ ਇਹਨਾਂ ਚੋਣਾਂ ਨੇ ਹੋਰ ਕਮਜ਼ੋਰ ਕਰ ਦਿੱਤਾ ਵਸੀਮ ਰਾਜਾ ਤੁਸੀਂ ਉੱਥੇ ਜਾ ਕੇ ਆਪਦੇ ਕੌਮੀ ਯੂਨਿਟ ਨੂੰ ਇਹ ਵੀ ਨਹੀਂ ਕਹਿ ਸਕਦੇ ਹੁਣ ਕਿ ਤੁਸੀਂ ਖੇਤੀ ਕਾਨੂੰਨ ਵਾਪਸ ਲੈ ਲਓ ਭਾਈ ਸਾਡਾ ਕੁਛ ਮਾੜਾ ਮੋਟਾ ਬਚੂਗਾ ਵਸੀਮ ਰਾਜਾ
ਦੇਖੋ ਕੇਪੀ ਜੀ ਇਹ ਨਹੀਂ ਕਹਿ ਸਕਦੇ ਕਿ ਵੀ ਸਾਡਾ ਸੰਗਠਨ ਕਮਜ਼ੋਰ ਹੋ ਗਿਆ ਆਪਣੇ ਸਾਡੇ ਵਾਸਤੇ ਬੀਜੇਪੀ ਵਾਸਤੇ ਇਸ ਮਾਹੌਲ ਦੇ ਵਿੱਚ ਅਕਾਲੀ ਦਲ ਨੇ ਜਦੋਂ ਸਾਡਾ ਸਾਥ ਛੱਡਿਆ ਉਸ ਤੋਂ ਬਾਅਦ ਇਮੀਡੀਏਟ ਕਿਸਾਨ ਅੰਦੋਲਨ ਦੇ ਬਾਵਜੂਦ ਇਹ ਇਲੈਕਸ਼ਨ ਜਦੋਂ ਆਏ ਤੇ ਸਾਡੇ ਕੋਲ ਅਸੀਂ ਪਿੰਡਾਂ ਦੇ ਵਿੱਚ ਸਾਡਾ ਸੰਗਠਨ ਅਜੇ ਇੰਨਾ ਮਜ਼ਬੂਤ ਨਹੀਂ ਸੀ ਅਕਾਲੀ ਦਲ ਪਿੰਡਾਂ ਚੋਂ ਇਲੈਕਸ਼ਨ ਲੜਦਾ ਸੀ ਜਿਹੜੇ ਏਰੀਏ ਚ ਇਲੈਕਸ਼ਨ ਸੀ ਕੌਂਸਲਾਂ ਦੇ ਉੱਥੇ ਅਕਾਲੀ ਦਲ ਦੀ ਪਰਫਾਰਮੈਂਸ ਜ਼ਿਆਦਾ ਹੁੰਦੀ ਸੀ ਬੀਜੇਪੀ ਉੱਥੇ ਘੱਟ ਸੀਟਾਂ ਦੇ ਲੱਗੇ 20% ਸੀਟਾਂ ਤੇ ਇਲੈਕਸ਼ਨ ਲੜਦਾ ਸੀ 20-80% ਦੇ ਵਿੱਚ ਸਾਡਾ ਕੈਂਡੀਡੇਟ ਖੜੇ ਕਰ ਦੇਣਾ ਹੀ ਬੀਜੇਪੀ ਵਾਸਤੇ ਬਹੁਤ ਵੱਡੀ ਗੱਲ ਸੀ ਫਖਰ ਦੀ ਗੱਲ ਸੀ ਕੈਂਡੀਡੇਟ ਵੀ ਅਸੀਂ ਮੈਂ ਤੁਹਾਡੇ ਇਲਾਕੇ ਦੱਸਾਂ ਵਸੀਮ ਰਾਜਾ ਜੀ ਇਲੈਕਸ਼ਨ ਜਿਹੜਾ ਵਸੀਮ ਰਾਜਾ ਜੀ ਰਿਜ਼ਲਟ ਜਿਹੜਾ ਕਾਂਗਰਸ ਦੇ ਪੱਖ ਦੇ ਵਿੱਚ ਆਇਆ ਉਹ ਗੁੰਡਾਗਰਦੀ ਨਾਲ ਆਇਆ ਸਰਕਾਰੀ ਤੰਤਰ ਨੇ ਲੈ ਕੇ ਦਿੱਤਾ ਇਲੈਕਸ਼ਨ ਇਹ ਕੋਈ ਇਲੈਕਸ਼ਨ ਨਹੀਂ ਸੀ ਵਸੀਮ ਰਾਜਾ ਜੀ ਪਾਈ ਦੇ ਵਿੱਚ ਵਸੀਮ ਰਾਜਾ ਜੀ ਸਰ ਵਸੀਮ ਰਾਜਾ ਸਰ ਸਰ ਸੁਣ ਵੀ ਲਿਆ ਕਰੋ ਵਸੀਮ ਰਾਜਾ ਜੀ ਵਸੀਮ ਰਾਜਾ ਜੀ ਦੇਖ ਲਿਆ ਤਾਂ ਅਕਾਲੀ ਦਲ ਨੂੰ ਵਸੀਮ ਰਾਜਾ ਜੀ ਗੁਰਦਾਸਪੁਰ ਦੇ ਵਿੱਚ 29 ਦੇ ਵਿੱਚ ਤੁਹਾਨੂੰ ਕੁਝ ਨਹੀਂ ਆਇਆ ਨਾ ਅਕਾਲੀ ਦਲ ਨੂੰ ਨਾ ਬੀਜੇਪੀ ਨੂੰ ਕਿਸੇ ਨੂੰ ਕੁਝ ਨਹੀਂ ਆਇਆ ਜੇ ਜਿੱਥੋਂ ਤੁਹਾਡੇ ਸਨੀ ਦਿਓਲ ਸਾਰੇ MP ਹੈਗੇ ਆ ਪਠਾਨਕੋਟ ਦੇ ਵਿੱਚ 50-37 ਕਾਂਗਰਸ ਨੂੰ ਹੈ 11 BJP ਨੂੰ ਹੈ ਉੱਥੇ ਵੀ ਤੁਹਾਡਾ ਗ੍ਰਾਫ ਡਾਊਨ ਹੋਇਆ ਵਸੀਮ ਰਾਜਾ ਸਰ ਜਿਹੜਾ ਕਾਡਰ ਵੋਟ ਹੈ ਤੁਹਾਡਾ ਸਰ ਉਹ ਪਾਸੇ ਜਾ ਰਿਹਾ ਸੀ ਕਿਉਂ ਨਹੀਂ ਐਡਮਿਟ ਕਰਨ ਨੂੰ ਤਿਆਰ ਹੈਗੇ ਵਸੀਮ ਰਾਜਾ ਡਾਟਾ ਮੇਰੇ ਕੋਲ ਪਏ ਸਰ ਸਾਰੇ ਪੜ੍ਹ ਕੇ ਦੱਸੀ ਜਲਾ ਨਾਲ ਕੇਪੀ ਸਾਹਿਬ ਤੁਸੀਂ ਸਨੀ ਦਿਓਲ ਦਾ ਜਾਂ ਫਲਾਣੇ ਬਾਕੀ ਸਾਡੇ ਲੀਡਰਾਂ ਦਾ ਨਾਂ ਤੁਸੀਂ ਜ਼ਰੂਰ ਲੈ ਰਹੇ ਹੋ ਪਰ ਪੰਜਾਬ ਸਰ ਹੁਸ਼ਿਆਰਪੁਰ ਦਾ ਵੀ ਲੈ ਦਿੰਦਾ ਸਰ ਮੈਂ ਹੁਸ਼ਿਆਰਪੁਰ ਦਾ ਵੀ ਲੈ ਦਿੰਦਾ ਫੇਰ ਹੁੰਦਾ ਨਾ ਅੱਜ ਪਤਾ ਲੱਗ ਜਾਂਦਾ ਪੰਜਾਬ ਨੂੰ ਤੇ ਕਾਂਗਰਸ ਨੂੰ ਕਿ ਵੀ ਵੋਟਾਂ ਕਿੱਧਰ ਜਾ ਰਹੀਆਂ ਜਿਹੜੇ ਕਾਉਂਸਲਰ ਜਿੱਤ ਕੇ ਆ ਰਹੇ ਨੇ ਇਹ ਸਾਰਾ ਤਾਂ ਨੋਮੀਨੇਸ਼ਨ ਹੀ ਸੀ ਚਲੋ ਇੱਕ ਸਰ ਵਸੀਮ ਰਾਜਾ ਮੈਂ ਇੱਕ ਹੋਰ ਗੱਲ ਕਹਿ ਰਿਹਾ ਵਸੀਮ ਰਾਜਾ ਇੱਕ ਗੱਲ ਹੋਰ ਕਹਿ ਰਿਹਾ ਵਸੀਮ ਰਾਜਾ ਇੱਕ ਗੱਲ ਹੋਰ ਕਹਿ ਰਿਹਾ ਤੁਸੀਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਰ ਇੱਕ ਰੈਲੀ ਕਰ ਲਓ ਚਾਹੇ ਗੁਰਦਾਸਪੁਰ ਕਰ ਲਓ ਚਾਹੇ ਹੁਸ਼ਿਆਰਪੁਰ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਤੁਹਾਡਾ ਵਜ਼ਨ ਕਿੰਨਾ ਹੈਗਾ ਦੱਸ ਦਿਓ ਇਹਨਾਂ ਨੂੰ ਖੇਤੀ ਕਾਨੂੰਨ ਕੀ ਹੈਗੇ ਸਰ ਦੱਸ ਦਿਓ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੇ MP ਦਾ ਕਿੰਨਾ ਵਜ਼ਨ ਹੈ ਤੁਹਾਡੇ ਲੀਡਰ ਦਾ ਕਿੰਨਾ ਵਜ਼ਨ ਹੈ ਵਸੀਮ ਰਾਜਾ ਬਿਲਕੁਲ ਜੀ ਬਿਲਕੁਲ ਅਸੀਂ ਜਾਵਾਂਗੇ ਜੀ ਪਿੰਡਾਂ 'ਚ ਵੀ ਜਾਵਾਂਗੇ ਇਦਾਂ ਦੀ ਕੋਈ ਗੱਲ ਨਹੀਂ ਸਰ ਕਰੋ ਨਾ ਇੱਕ ਰੈਲੀ ਕਰੋ ਨਾ ਇੱਥੇ ਰੈਲੀ ਕਰੋ ਇਹ ਰੈਲੀ ਕਰੋ ਕਿਸਾਨ ਮਹਾਂ ਪੰਚਾਇਤ ਕਰਦੇ ਪਏ ਨਾ ਤੁਸੀਂ ਇੱਕ ਰੈਲੀ ਕਰੋ ਇੱਥੇ ਪਤਾ ਲੱਗ ਜੂਗਾ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਇਸ ਰਿਜ਼ਲਟ ਤੇ ਚਰਚਾ ਕਰ ਰਹੇ ਰਿਜ਼ਲਟ ਦੇ ਵਿੱਚ ਕੋਈ ਇਹ ਇਲੈਕਸ਼ਨ ਬਿਲਕੁਲ ਹੀ ਫੇਅਰ ਨਹੀਂ ਸੀ ਇਦਾਂ ਦਾ ਇਲੈਕਸ਼ਨ ਪੰਜਾਬ 'ਚ ਅਸੀਂ ਕਦੀ ਨਹੀਂ ਸੀ ਦੇਖਿਆ ਚਲੋ ਠੀਕ ਹੈ ਸਰ ਠੀਕ ਹੈ ਹਰਦੀਪ ਸਿੰਘ ਗਰਾ ਸਰ ਲਾਸਟ ਸਵਾਲ ਮੈਂ ਤੁਹਾਨੂੰ ਕਰ ਰਿਹਾ ਸਰ ਜਦੋਂ ਜਾਖੜ ਸਾਹਿਬ ਨੂੰ ਮੇਅਰ ਵਾਲਾ ਸਵਾਲ ਕਰਦੇ ਹੋ ਮੁੱਖ ਮੰਤਰੀ ਵਾਲਾ ਜਵਾਬ ਦਿੰਦੇ ਆ ਸਰ ਕਿਉਂ ਹਰਦੀਪ ਸਿੰਘ ਗਰਾ ਤੁਹਾਨੂੰ ਸਾਰਾ ਕੋਈ 2022 ਲੱਗਦਾ ਸਰ ਕਿਸ ਤਰ੍ਹਾਂ ਜਦੋਂ ਜਾਖੜ ਸਾਹਿਬ ਨੂੰ ਮੇਅਰ ਵਾਲਾ ਸਵਾਲ ਕੀਤਾ ਜਾਂਦਾ ਉਹ ਮੁੱਖ ਮੰਤਰੀ ਵਾਲਾ ਜਵਾਬ ਦਿੰਦੇ ਕਹਿੰਦੇ ਮੇਅਰ ਨੂੰ ਛੱਡੋ ਹੁਣ ਤਾਂ ਮੁੱਖ ਮੰਤਰੀ ਦੀ ਗੱਲ ਕਰੋ ਮੇਅਰ ਤਾਂ ਕਹਿੰਦੇ ਸਾਡੇ ਬਾਣੀ ਜਾਣੇ ਆ ਨਹੀਂ ਮੇਅਰ ਤਾਂ ਹੁਣ ਦੇਖੋ ਮੇਅਰ ਤਾਂ ਮੈਜੋਰਿਟੀ ਨੇ ਬਣਾਉਣੇ ਹੁੰਦੇ ਆ ਮੈਜੋਰਿਟੀ ਸਾਡੇ ਕੋਲ ਹੈਗੀ ਆ ਮੇਅਰ ਸਾਡੇ ਬਣ ਜਾਣੇ ਤੇ ਮੁੱਖ ਮੰਤਰੀ ਦਾ ਪੰਜਾਬ ਦੀ ਜਨਤਾ ਨੇ ਫੈਸਲਾ ਕਰਨਾ ਪਿਛਲੀ ਵਾਰੀ ਵੀ ਜਨਤਾ ਨੇ ਫੈਸਲਾ ਕੀਤਾ ਸੀ 2022 ਚ ਵੀ ਜਨਤਾ ਫੈਸਲਾ ਕਰੇਗੀ ਸਰ ਇਹਨਾਂ ਚੋਣਾਂ ਨੇ ਮੁੱਖ ਮੰਤਰੀ ਵੀ ਚੁਣਤਾ ਸਰ ਇਹਨਾਂ ਚੋਣਾਂ ਨੇ ਮੁੱਖ ਮੰਤਰੀ ਵੀ ਚੁਣਤਾ ਕਿੰਗਰਾ ਸਾਹਿਬ ਉਹ ਮੁੱਖ ਮੰਤਰੀ ਦਾ ਦੇਖੋ ਮੁੱਖ ਮੰਤਰੀ ਜਿਹੜਾ ਹੈਗਾ ਉਹ ਤਾਂ ਜਨਤਾ ਨੇ ਹੀ ਚੁਣਨਾ ਹੈ ਨਾ ਉਹ ਜਦੋਂ ਮੈਂਡੇਟ ਆਏਗਾ ਉਹ ਚੁਣ ਲੇਗਾ ਉਹ ਤਾਂ ਮੁੱਖ ਮੰਤਰੀ ਚਲੋ ਸਾਡੇ ਕੋਲੇ ਇਸ ਵੇਲੇ ਭਾਰਤ ਦੇ ਵਿੱਚ ਸਭ ਤੋਂ ਫਾਈਨੈਸਟ ਚੀਫ ਮਿਨਿਸਟਰ ਵੀ ਹੈ ਕੈਪਟਨ ਅਮਰਿੰਦਰ ਸਿੰਘ ਚਲੋ ਬਹੁਤ ਧੰਨਵਾਦ ਸਰ ਤੁਸੀਂ ਇਹ ਕੰਪੇਨ ਵੀ ਸ਼ੁਰੂ ਕਰਤੀ ਹੈ ਕੈਪਟਨ 2022 ਵਾਲ ਲੈ ਕੇ ਬਹੁਤ ਧੰਨਵਾਦ ਕਿੰਗਰਾ ਸਾਹਿਬ ਕਲੀਅਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਅਹਿਬਾਬ ਗਰੇਵਾਲ ਤੁਹਾਡਾ ਬਹੁਤ ਧੰਨਵਾਦ ਵਸੀਮ ਰਾਜਾ ਤੁਹਾਡਾ ਵੀ ਬਹੁਤ ਧੰਨਵਾਦ ਮੈਂ ਸਾਰੇ ਪੈਨਲਿਸਟ ਦਾ ਇਸ ਕਰਕੇ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਹਲੀਮੀ ਨਾਲ ਇਸ ਚਰਚਾ ਵਿੱਚ ਹਿੱਸਾ ਲਿਆ ਨਹੀਂ ਤਾਂ ਅੱਜ ਕੱਲ੍ਹ ਬੜੇ ਭਾਵੁਕ ਹੋ ਜਾਂਦੇ ਹੋ ਸਾਰੇ ਰਿਸ਼ਤੇ ਨਹੀਂ ਵਿਗਾੜੀ ਦੀ ਰਾਜਨੀਤੀ ਹੈ ਜਿਹੜੀ ਉਹ ਬਹੁਤ ਕੁਝ ਵਿਗਾੜ ਦਿੰਦੀ ਹੈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦੇ ਉੱਪਰ ਫਿਰ ਥੈਂਕ ਯੂ ਅਸੀਂ ਸਵਾਲ ਲਗਾਤਾਰ ਕੀਤੇ ਹੈ ਕਿ ਨਤੀਜੇ 2022 ਦਾ ਟ੍ਰੇਲਰ ਰਹੇ ਪੰਜਾਬ ਪਿੰਡਾਂ ਵਿੱਚ ਵਸਦਾ ਅਤੇ ਪਿੰਡ ਹੈ ਜਿਹੜੇ ਉਹ ਦਿੱਲੀ ਬਾਰਡਰ 'ਤੇ ਬੈਠੇ ਹੋਏ ਆ ਉਹ ਉੱਥੇ ਸਵਾਲ ਖੜਾ ਕਰ ਰਿਹਾ ਇਸ ਲਈ ਸਿਆਸਤ ਨੂੰ ਇਹ ਸਮਝਣਾ ਪਵੇਗਾ ਜੋ ਤੱਕ ਕਿਸਾਨ ਅੰਦੋਲਨ ਦਾ ਕੋਈ ਨਾ ਕੋਈ ਰਾਹ ਨਹੀਂ ਨਿਕਲਦਾ ਕੋਈ ਨਾ ਕੋਈ ਹੱਲ ਨਹੀਂ ਨਿਕਲਦਾ ਉਹ ਤੱਕ 2022 ਦਾ ਰੋਡ ਮੈਪ ਨਾ ਮੰਨ ਕੇ ਚੱਲਿਆ ਜਾਵੇ ਸਾਨੂੰ ਇਹ ਲੱਗਦਾ ਅਤੇ ਸਾਡੇ ਪੈਨਲਿਸਟ ਹੈ ਉਹਦੇ ਨਾਲ ਜਿਹੜੀ ਸਹਿਮਤੀ ਵੀ ਪ੍ਰਗਟਾ ਰਹੇ ਬਹੁਤ ਧੰਨਵਾਦ